ਪੀਓ ਧਰਮ ਨਾਮ ਰਸ ਪੀਓ ਧਰਮ ਨਾਮ ਰਸ ਪੀਓ ਧਰਮ ਨਾਮ ਰਸ ਪੀਓ ਅੱਖਾਂ ਖੋਲ ਕੇ ਨਹੀਂ ਪੀਤਾ ਜਾਣਾ ਅੱਖਾਂ ਬੰਦ ਕਰਕੇ ਆਪਣੇ ਅੰਦਰ ਜਾਣਾ ਪੈਣਾ ਹੈ ਜਿਸ ਜਲ ਨੇ ਦਕਾਰਨ ਤੂੰ ਜਾ ਗਾਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਤੇਖ ਚਤਰਾਈ ਦੁਬਦਾ ਇਹ ਫਲ ਨਾਹੀ ਜਿਓ ਜੇ ਮਨ ਡੋਲਦਾ ਆ ਫਿਰ ਇਹ ਪ੍ਰਾਪਤੀ ਨਹੀਂ ਹੋਣੀ ਰਾਈ ਮਾਤਰ ਵੀ ਜੇ ਮਨ ਵਿੱਚ ਸ਼ੰਕਾ ਆ ਫਿਰ ਇਹ ਪ੍ਰਾਪਤੀ ਨਹੀਂ ਹੋਣੀ ਇਕੋ ਤੋਂ ਨਿਕਲਣਾ ਪੈਣਾ ਜਿੱਨੇ ਮਿਲਣਾ ਹੈ ਜਿੱਨੇ ਆਪਣੇ ਘਰ ਜਾਣਾ ਪਾਰਤੋਸੀ ਸਾਰੇ ਕਰਦੇ ਹੀ ਹੋ ਸਿਰੇ ਵੀ ਕੀਤਾ ਹੀ ਆ ਨੇਤ੍ਰੇਮ ਕੀਤਾ ਹੈ ਪਰ ਕਰਨ ਲਈ ਨੇਤ੍ਰੇਮ ਕੀਤਾ ਕਾਦੇ ਲਈ ਇਹ ਕਰਨਾ ਜਿੱਦਾਂ ਜੁਰਮਾਨਾ ਹੋਇਆ ਹੈ ਜੁਰਮਾਨਾ ਲੱਗਾ ਹੈ ਦੇਣਾ ਹੀ ਪੀਤਾ ਨਹੀਂ ਕਿਨੇ ਕਿਨੇ ਪੀਤਾ ਇਹ ਨਿਤਨੇ ਇਹ ਰਸਨਾ ਤੂੰ ਅਨ ਰਸ ਰਚ ਰਹੀ ਤੇਰੀ ਪਿਆਸ ਨਾ ਜਾਏ ਤੈ ਸਮਝ ਲੈ ਅਸੀਂ ਪੜੈਣਾ ਇਹ ਰਸਨਾ ਤੂੰ ਅਨ ਇੱਕ ਜਨਾ ਅੱਗੇ ਪੜਦਾਈ ਦੂਜਾ ਅਗਲੀ ਪਹਿਲਾਂ ਹੀ ਅਜੇ ਪਹਿਲੀ ਅੱਧੀ ਪੰਕਤੀ ਪੂਰੀ ਨਹੀਂ ਹੁੰਦੀ ਦੂਜਾ ਪਹਿਲਾਂ ਹੀ ਸ਼ੁਰੂ ਕਰ ਲੈਂਦਾ ਇਹ ਰਸਨਾ ਤੂੰ ਅਨੁਰਸ ਰਚ ਰਹੀ ਤੇਰੀ ਪਿਆਸ ਨਾ ਜਾਏ ਇਹਨੂੰ ਕਹਿਣਾ ਸੀ ਨਾ ਫਿਰ ਪਤਾ ਲੱਗਣਾ ਸੀ ਨੇਤਰਮ ਕੀਤਾ ਆਪਣੇ ਜੀਬ ਨੂੰ ਕਿਹਾ ਇਹ ਨੇਤਰੋ ਮੇਰਿਓ ਹਰ ਬੇਨਵਰਨਾ ਦੇਖੋ ਕੋਈ ਇਹ ਸਰੀਰਾ ਮੇਰਿਆ ਇਸ ਜਗ ਮੇ ਆਏ ਕੇ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰੀ ਤੇਰਾ ਰਤਨ ਰਚਿਆ اے ਸਰੂਣੋ ਮੇਰੋ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਤਾਹੀ ਨਾ ਨਿਤਨੇਮ ਗਾਦੇ ਲਈ ਲਾਇ ਹੀ ਸੁਣੋ ਸ੍ਰੀਰਨਾਕਾ ਸ੍ਰੀ ਸ੍ਰੀਰਨ ਨਾਲ ਕਾਦੇ ਲਈ ਲਾਇਨੇ ਇਹ ਸਰਵਣੋ ਮੇਰਿਓ ਹੂੰ ਸਾਚੇ ਸੁਣਨੇ ਨੂੰ ਪਠਾਏ ਸਰੀਰ ਸਰੀਰ ਨਾਲ ਸਰੀਰ ਨਾਲ ਕਿਉਂ ਲਾਇਆ ਸੁਣੋ ਤੇ ਜੇ ਸਤ ਬਾਣੀ ਨਹੀਂ ਸੁਣਦੇ ਫਿਰ ਇਹਨਾਂ ਦਾ ਕੋਈ ਫਾਇਦਾ ਹੈਗਾ ਸੀ ਸਰੀਰ ਨਾਲ ਲਾਉਣ ਦਾ ਕੋਈ ਫਾਇਦਾ ਹੈਗਾ ਫਿਰ ਫੇਰ ਨੁਕਸਾਨ ਹੀ ਹੈ ਨਾ ਤੇ ਅਸੀਂ ਸਾਰੇ ਆਪਣਾ ਨੁਕਸਾਨ ਹੀ ਕਰ ਰਹੇ ਆ ਨਾ ਇਹਨਾਂ ਅੰਗਾਂ ਦਾ ਗਰਦ ਤਵਰ ਤੋਂ ਕਰਕੇ ਅੱਜ ਮੈਨੂੰ ਕੋਈ ਦੱਸਣ ਰਿਹਾ ਸੀ ਸਿੰਘ ਇਹ ਕਹਿੰਦਾ ਸੀ ਬਾਹਰ ਗਏ ਸੀ ਕੋਈ ਐਕਟੀਵਿਟੀ ਤੇ ਗਏ ਹੋਣੇ ਨੇ ਤੇ ਕੋਈ ਦੂਜਾ ਸਿੰਘ ਨੂੰ ਕਹਿੰਦਾ ਸੀ ਇਹ ਵਾਇਗਰੂ ਵਾਇਗਰੂ ਕਰੀ ਜਾਂਦੇ ਨੇ ਹੋਰ ਤਾਂ ਕੁਝ ਕਰਦੇ ਬਲੋ ਵਾਇਗਰ ਕਰੀਏ ਵੀ ਕੀ ਹੋਰ ਕੁਝ ਕਰਨ ਦਾ ਹੁਕਮ ਹੀ ਨਹੀਂ ਗੁਰੂ ਦਾ ਜੋ ਤੁਸੀਂ ਧਿਆਨ ਨਾਲ ਬਾਣੀ ਪੜ੍ਹੀ ਹੋਵੇ ਜੇ ਕੋਈ ਹੁਕਮ ਇਹਨੂੰ ਦੱਸਦੇ ਕੋਈ ਹੋਰ ਹੈਗਾ ਵਿਚੁੱਲ ਲੱਭ ਕੇ ਇਹ ਹੋਰ ਕੁਝ ਕਰਨ ਦਾ ਕੋਈ ਹੁਕਮ ਹੈਗਾ ਤਾਂ ਫਿਰ ਅਸੀਂ ਉਹ ਕਰ ਲੈਨੇ ਆਂ ਸਾਸ 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 ਹੈ ਜੀਤੇ ਸਮਝ ਲੱਕੀ ਬੋਲੋ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸੁਮਾਰੇ ਜਿੰਨੇ ਮੈਨੂੰ ਸਵਾਸ ਮਿਲੇ ਇਹਨ ਮੈਂ ਹਰ ਸਵਾਸ ਨਾਲ ਗੁਰੂ ਦਵਾਰਾ ਬਖਸ਼ਿਆ ਹੋਇਆ ਨਾਮ ਚੇਤਾ ਕਰਾਂਗਾ ਸੁਮਾਰੇ ਤਾਂ ਮੈਂ ਤਾਂ ਨਾ ਸੰਭਾਲਣਾ ਚੇਤਾ ਕਰਾਂ ਯਾਦ ਕਰਨਾ ਸਾਸ ਸਾਸ ਜਾਏ ਨਾਵੇਂ ਬਿਨ ਬੋਲੋ ਸਾਸ ਸਾਸ ਜਾਏ ਨਾਵੇਂ ਬਿਨ ਸੋ ਬਿਰਥਾ ਸਾਸ ਭਿਕਾਰੇ ਸੋ ਬਿਰਥਾ ਸਾਸ ਭਿਕਾਰੇ ਹੁਣ ਤੁਹਾਨੂੰ ਮਨੀਮ ਰੱਖਣ ਦੀ ਲੋੜ ਹੈ ਜੇ ਕੋਈ ਮਨੀਮ ਰੱਖ ਲੋ ਤੁਹਾਡੇ ਸਵਾਸਾਂ ਦਾ ਹਿਸਾਬ ਕਰੇ ਤੁਹਾਨੂੰ ਆਪ ਨਹੀਂ ਪਤਾ ਮੈਂ ਕਿੰਨੇ ਸਵਾਸਾਂ ਚ ਵਾਇਗਰੂ ਕਿਹਾ ਜਿਨ੍ਹਾਂ ਚ ਵਾਇਗਰੂ ਕਿਹਾ ਉਹ ਸਫਲ ਹੋ ਗਏ ਜਿਨ੍ਹਾਂ ਚ ਵਾਇਗਰੂ ਨਹੀਂ ਕਿਹਾ ਉਹ નિਸਫਲ ਹੋ ਗਏ ਗਰ ਚਲੇਗੇ ਵਾਹਿਗੁਰੂ 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 ਜਿਨ੍ਹਾਂ ਨਾ ਵਿਸਰੇ ਨਾਮ ਸੇਕਨੇ ਹਿਆ ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਵਿਸਰਦਾ ਨਾਮ ਨਹੀਂ ਵਿਸਰਦਾ ਗੁਰਮੰਤਰ ਨਹੀਂ ਵਿਸਰਦਾ ਗੁਰੂ ਦੁਆਰਾ ਬਖਸ਼ਿਆ ਇਹ ਗੁਰਮੰਤਰ ਨਹੀਂ ਵਿਸਰਦਾ ਉਹ ਕਿਹੋ ਜੇ ਨੇ ਤੁਸੀਂ ਤੇ ਲੱਭਦੇ ਹੋ ਨਾ ਨਾ ਗੁਰੂ ਕੰ ਦਾ ਭੇਤ ਨਾ ਜਾਣੋ ਮੂਲ ਸਾਈ ਜੇ ਔਰ ਅੱਬ ਵਰ ਗਈ ਨੇ ਕੋ ਤੁਸੀ ਹੋ ਸਕਦੇ ਹੋ ਮੈਂ ਹੋ ਸਕਦਾ ਕੋਈ ਵੀ ਹੋ ਸਕਦਾ ਕੋਈ ਸ਼ਰਤ ਥੋੜੀ ਲਾਈ ਹੈ ਵੀ ਫਲਾਣੇ ਦਾ ਨਾਮ ਲੈ ਕੇ ਵੀ ਤੇ ਉਹਨੂੰ ਰੱਬ ਦਾ ਨਾਮ ਹੀ ਵਿਸਰਦਾ ਤੇ ਉਹ ਰੱਬ ਵਰਗਾ ਨਹੀਂ ਜਿੰਨਾ ਨਾ ਵਿਸਰੇ ਨਾਮ ਸਾਈ ਅਲਖ ਅਪਾਰ ਪੂਰੀ ਮਨ ਵਸੇ ਇੱਕ ਪੂਰੀ ਜਿਨਾ ਵੀ ਕਿਤੇ ਮਨ ਚ ਆ ਕੇ ਵਸ ਗਿਆ ਸੋ ਵਾਹਿਗੁਰੂ ਦੁੱਖ ਦਰਦ ਰੋਗ ਮਾਇ ਮੈਂਡਾ ਹਬ ਨਸੇ ਜਿੱਦੇ ਵਾਸਤੇ ਲੋਕ ਹਸਪਤਾਲਾਂ ਚ ਪਏ ਨੇ ਭਰੇ ਪਏ ਨੇ ਹਸਪਤਾਲ ਮਾਰੇ ਕਹਿੰਦੇ ਉਹ ਸਾਈਂ ਜਿਹੜਾ ਅਲਖ ਹੈ ਜਿਹੜਾ ਲਖਿਆ ਨਹੀਂ ਜਾ ਸਕਦਾ ਜਿਹੜਾ ਪਹੁੰਚ ਤੋਂ ਪਰੇ ਹੈ ਆਪਾਰ ਹੈ ਜਿੱਦਾ ਹੱਦਬਾਰ ਮੰਨਾ ਕੋਈ ਨਹੀਂ ਔਰ ਪਾਰ ਨਹੀਂ ਲੱਭਿਆ ਜਾ ਸਕਦਾ ਕੋਈ ਛੋਟਾ ਜਿਹਾ ਥੋੜੀ ਹੈ ਜਿੰਨੇ ਵੀ ਅੱਜ ਤੱਕ ਉਹਦੇ ਕੋਲ ਕੋਈ ਇੱਕ ਕਦਮ ਪੁੱਟਿਆ ਉਹਨੇ ਕਿਹਾ ਕੁਝ ਨਹੀਂ ਪਾਇਆ ਅੱਜ ਤੱਕ ਜਿੰਨੇ ਵੀ ਕਿਸੇ ਨੂੰ ਪੁੱਛੋ ਪਾਇਆ ਕਿਸੇ ਨੂੰ ਪੁੱਛ ਲਓ ਉਹ ਕਹਿੰਦਾ ਕੁਝ ਨਹੀਂ ਕੁਛ ਨਹੀਂ ਪਾਇਆ ਜਿੰਨਾ ਕ ਅੱਗੇ ਗਿਆ ਉਹਨਾਂ ਹੋਰ ਅੱਗੇ ਹੋ ਗਿਆ ਜਿੰਨਾ ਕ ਅੱਗੇ ਗਿਆ ਉਹਨਾਂ ਹੋਰ ਅੱਗੇ ਹੋ ਗਿਆ ਸਾਈ ਅਲਖ ਅਪਾਰ ਪੂਰੀ ਪੂਰੀ ਮਨਵਸੈ ਦੁਖ ਦਰਦ ਰੋਗ ਮਾਏ ਮੈਂਡਾ ਹਬਨਸੈ ਬਿੰਦਕ ਗੱਲ ਸੁਣੀ ਥੋੜੀ ਜੀ ਉਹਨੇ ਬਸ ਕੰਨ ਦੇ ਕੇ ਥੋੜੀ ਜੀ ਗੱਲ ਸੁਣ ਲਈ ਮੇਰੀ ਬਿੰਦਕ ਗੱਲ ਸੁਣੀ ਸੱਚੇ ਤਿਸ ਧਣੀ ਸੁਖੀ ਹੂੰ ਸੁਖ ਪਾਏ ਮਾਇਨਾ ਕੀ ਮੰਗਣੀ ਸੁਖੀ ਹੂੰ ਸੁਖ ਪਾਏ ਮਾਇਨਾ ਵਿੰਦਕ ਗਾਲ ਸੁਣੀ ਸਚੇ ਤਿਸ ਤਣੀ ਜਪਦੇ ਜਪਦੇ ਥੋੜੀ ਜੀ ਉਹਦੇ ਨਾਲ ਗੱਲਬਾਤ ਹੋਈ ਥੋੜੀ ਜੀ ਸੁਰਤ ਸ਼ਬਦ ਨਾਲ ਮਿਲੀ ਜਦੋਂ ਸੁਰਤ ਦਾ ਸ਼ਬਦ ਨਾਲ ਮੇਲ ਹੋਇਆ ਐਨੇ ਸੁਖ ਮਿਲੇ ਨੇ ਸੋਖ ਮਿਲੇ ਕੀਮਤ ਤੋਂ ਬਾਹਰ ਹੋ ਗਏ ਉਹਨਾਂ ਦੀ ਕੀਮਤ ਹੀ ਨਹੀਂ ਕਹੀ ਜਾ ਸਕਦੀ ਬੋਲੋ ਵਾਹਿਗੁਰੂ 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 ਦੋ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੁਹਾਡਾ ਸਾਂਝ ਕਰਦਾ ਬੋਲੋ ਵਾਹਿਗੁਰੂ ਇੱਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਏ ਮਨ ਬੋਲੋ ਇੱਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਏ ਮਨ ਜਿਹਦੇ ਮਨ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ ਹੈ ਜੈਸੇ ਸੂਕਰ ਸਵਾਨ ਨਾਨਕ ਮਨੋਂ ਤਾਹੇ ਤਨ ਜੈਸੇ ਜਿਹਦੇ ਸਰੀਰ ਵਿੱਚ ਗੋਬਿੰਦ ਦੀ ਭਗਤੀ ਨਹੀਂ ਹੈ ਪ੍ਰਭੂ ਪਰਮੇਸ਼ਰ ਦਾ ਨਾਮ ਨਹੀਂ ਹੈ ਜੇ ਸਰੀਰ ਵਿੱਚ ਉਸ ਦੀ ਯਾਦ ਨਹੀਂ ਹੈ ਉਸ ਦਾ ਤਨ ਕਿ ਹੋ ਜਾਏ ਹੈ ਲੋਕੀ ਮਾਰਨਗੇ ਉਹਦਾ ਤਨ ਨੇ ਸੂਰਤੇ ਕੁੱਤੇ ਵਰਗਾ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਉਹਦਾ ਤਨ ਇਵੇਂ ਮੰਨੋ ਜਿਵੇਂ ਸੂਰਤੇ ਕੁੱਤੇ ਦਾ ਹੈ ਸੋ ਤਾਂ ਨਹੀਂ ਸਾਡੇ 11 ਵਜੇ ਤੱਕ ਗੱਲਾਂ ਕਰਦੇ ਰਹਿੰਦੇ ਆ ਫਿਰ ਕਹਿੰਦੇ ਮਰਤਵेला ਮਰਤਵਲਾ ਕਿੱਥੋਂ ਆਣਾ ਫਿਰ ਤੁਹਾਨੂੰ ਪਤਾ ਹੀ ਨਹੀਂ ਆਪਣੇ ਜੀਵਨ ਦੀ ਕੀਮਤ ਦਾ ਹੀ ਨਹੀਂ ਪਤਾ ਸਾਨੂੰ ਬੋਲ ਵਾਹਿਗੁਰੂ ਵਾਹਿਗੁਰੂ ਸਾਨੂੰ ਆਪਣੇ ਸਵਾਸ ਦੀ ਕੀਮਤ ਦਾ ਹੀ ਨਹੀਂ ਪਤਾ ਤੇ ਜਦ ਤੱਕ ਕਿਸੇ ਚੀਜ਼ ਦੀ ਕੀਮਤ ਨਹੀਂ ਪਤਾ ਲੱਗਦੀ ਨਾ ਤਦ ਤੱਕ ਕੁਝ ਨਹੀਂ ਬਣਦਾ ਪਹਿਲਾਂ ਤੁਹਾਨੂੰ ਪਤਾ ਲੱਗੇ ਮੇਰਾ ਜੀਵਨ ਕਿੰਨਾ ਕੀਮਤੀ ਹੈ ਮਾਨਸ ਜਨਮ ਅਮੋਲ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜੂ ਬਨ ਫਲ ਪੱਕੇ ਪੋਹੇਂ ਗਰੇ ਬਹਰ ਨਾ ਲਾਗੇ ਢਾਰ ਕੋਈ ਜਨਮ ਹੈ ਜਿਦੇ ਚ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਪਹਿਲਾ ਪਤਾ ਲੱਗੇ ਮੈਨੂੰ ਮਨੁੱਖਾ ਜਨਮ ਮਿਲਿਆ ਮੈਂ ਮਨੁੱਖਾ ਹਾਂ ਬੋਲੋ ਵਾਹਿਗੁਰੂ ਵਾਹਿਗੁਰੂ ਪੈਦਾਤਾ ਸ਼ੰਤੀ ਹੋਈ ਸੀ ਤੁਸੀਂ ਸਾਰੇ ਮੈਂ ਵੀ ਮਾਦੇ ਘਰ ਵਿੱਚ ਤੇ ਸਵਾਸ ਸਵਾਸ ਭਗਤੀ ਕਰਦੇ ਸੀ ਹੋਰ ਕੀ ਕਰਦੇ ਸੀ ਉੱਥੇ ਪੁੱਠੇ ਲੜਕੇ ਉੱਥੇ ਬੰਦਗੀ ਕੀਤੀ ਆ ਜਦੋਂ ਪੈਦਾ ਕੋਈ ਹੁੰਦਾ ਨਾ ਹਰ ਇਨਸਾਨ ਉਹ ਸੰਤੀ ਪੈਦਾ ਹੁੰਦਾ ਹੈ ਬੋਲ ਵਾਹਿਗੁਰੂ 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 ਤੇ ਜਦੋਂ ਪੈਦਾ ਹੋ ਜਾਂਦਾ ਨਾ ਵਿੱਚੂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਦੂਜੇ ਪੈਰੇ ਰਹਿਣ ਕੇ ਵਨ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ-ਹੱਥ ਨਚਾਈਏ ਵਨ ਜਾ ਰਿਆ ਮਿੱਤਰਾ ਜੂ ਜਸਤਾ ਕਰ ਕਾਨ ਮਾਲ ਆ ਜਾਂਦੀ ਮੇਰਾ ਪੁੱਤ ਪਿਓ ਆ ਜਾਂਦਾ ਮੇਰਾ ਪੁੱਤ ਉਹ ਕਹਿੰਦਾ ਮੇਰਾ ਭਤੀਜਾ ਕੋਈ ਕਹਿੰਦਾ ਮੇਰਾ ਭਾਂਜਾ ਕੋਈ ਕੁਛ ਕੋਈ ਕੁਛ ਫਿਰ ਸ਼ੁਰੂ ਹੋ ਜਾਂਦਾ ਖੇਲ ਦੂਜਾ ਖਲੌਣਿਆਂ ਦਾ ਆ ਤੇਰੀ ਸਾਈਕਲ ਤੇ ਆ ਤੇ ਰਖ ਲਾਉਣਾ ਤੇ ਆ ਤੇਰੀ ਕਿਤਾਬ ਤੇ ਆ ਤੇਰਾ ਪਿਓ ਤੇ ਆ ਤੇਰੀ ਮਾਂ ਇਹ ਹੀ ਹੁੰਦਾ ਨਾ ਆ ਤੇਰਾ ਬਾਪੂ ਤੇਰਾ ਫੁੱਫੜ ਜਦੋਂ ਕਹਿੰਦੇ ਆ ਨਾ ਕੋਈ ਕਹਿੰਦਾ ਆ ਤੇਰਾ ਰੱਬ ਵੀ ਹੈਗਾ ਕਿਸੇ ਨੇ ਆਪਣੇ ਬੱਚੇ ਨੂੰ ਦੱਸਿਆ ਵੀ ਆ ਤੇਰਾ ਰੱਬ ਵੀ ਹੈਗਾ ਕੋਲ ਬੈਠਾ ਉਸ ਨੇ ਇਹ ਨਹੀਂ ਦੱਸਿਆ ਵਿਛੜ ਗਿਆ ਦੂਰ 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 ਹੁੰਦਾ ਹੁੰਦਾ ਸ਼ੈਤਾਨ ਬਣ ਗਿਆ ਮੈਦਾ ਭਗਵਾਨ ਹੋਇਆ ਤਾਂ ਕੀ ਬਣ ਗਿਆ ਰਾ ਸ਼ੈਤਾਨੀ ਦੁਨੀਆ ਕੋਈ ਮੈਨੂੰ ਕਹਿੰਦਾ ਪਿਆ ਬਾਣੀ ਕਹਿੰਦੀ ਰਾ ਸ਼ੈਤਾਨੀ ਦੁਨੀਆ ਕੋਈ ਸਾਰੀ ਦੁਨੀਆ ਸ਼ੈਤਾਨ ਦੇ ਰਾਤ ਚੱਲ ਪਈ ਹੈ ਵਾਹਿਗੁਰੂ 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 ਏ ਜੱਗ ਸੱਚੇ ਕੀ ਹੈ ਤੇ ਇੱਥੇ ਫਿਰ ਪੱਬਾਂ ਦਾ ਕੀ ਕੰਮ ਆ ਇੱਥੇ ਸਿਨਮਿਆਂ ਦਾ ਕੀ ਕੰਮ ਆ ਇੱਥੇ ਨਚਾਰਾਂ ਦਾ ਕੀ ਕੰਮ ਆ ਹੈਗਾ ਕੋਈ ਇਹ ਸਾਰਾ ਸੰਸਾਰ ਇਤੇ ਗੁਰਦੁਆਰਾ ਹੈ ਇਹ ਸਾਰਾ ਸੰਸਾਰ ਇਤੇ ਰੱਬ ਦਾ ਘਰ ਹੈ ਪਰ ਅੱਜ ਹੈ ਕਿ ਨਹੀਂ ਸਾਰੀ ਦੁਨੀਆ ਤੁਹਾਡੇ ਸਾਹਮਣੇ ਸ਼ੈਤਾਨ ਦੇ ਰਾਤੇ ਤੇ ਇੰਨੇ ਸ਼ੈਤਾਨਾਂ ਵਿੱਚੋਂ ਫਿਰ ਭਗਵਾਨ ਬਣਨਾ ਕਿਤੇ ਸੌਖੀ ਖੇਡ ਹੈ ਸਮਝ ਲੱਗਦੀ ਮੇਰੀ ਗੱਲ ਦੀ ਮੈਂ ਕੀ ਕਹਿ ਰਿਹਾ ਸ਼ੈਤਾਨਾਂ ਨਾਲ ਸਾਰੀ ਦੁਨੀਆ ਭਰੀ ਹੋਵੇ ਤੇ ਉਹਦੇ ਵਿੱਚੋਂ ਭਗਵਾਨ ਪੈਦਾ ਕਰਨੇ ਉਹਦੇ ਵਿੱਚੋਂ ਗੁਰਸਿੱਖ ਪੈਦਾ ਕਰਨੇ ਉਹਦੇ ਵਿੱਚੋਂ ਗੁਰਮੁਖ ਪੈਦਾ ਕਰਨੇ ਇਹ ਗੁਰੂ ਨਾਨਕ ਦਾ ਖੇលਿਆ ਜੇ ਉਹ ਹੋ ਜਾਈ ਤਾਂ ਮੈਂ ਇੱਕ ਹੋਰ ਪੈਦਾ ਕਰ ਦੇਣਾ ਸੋ ਗੁਰੂ ਨਾਨਕ ਸਾਹਿਬ ਕਿਸੇ ਮੁਸਲਮਾਨ ਨੂੰ ਮਿਲਦੇ ਨੇ ਤੇ ਪੁੱਛਦੇ ਨੇ ਤੂੰ ਕੌਣ ਹੈ ਉਹ ਕਹਿੰਦਾ ਮੈਂ ਉਹਨੇ ਕਿਹਾ ਦੱਸਿਆ ਹੁਣਾ ਮੈਂ ਮੁਸਲਮਾਨ ਆ ਪੁੱਛਿਆ ਕੌਣ ਹੈ ਤੇ ਮਹਾਰਾਜ ਕੋ ਨੂੰ ਕਹਿੰਦੇ ਮੁਸਲਮਾਨ ਕਹਾਮਨ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਕਹਿੰਦੇ ਜੇ ਤੂੰ ਸੱਚੀ ਮੁੱਚੀ ਦਾ ਮੁਸਲਮਾਨ ਹੈ ਤੇ ਤਾਂ ਆਪਣੇ ਨੂੰ ਮੁਸਲਮਾਨ ਕਹਾ ਤੇ ਮੈਨੂੰ ਹੁਣ ਸੋਚ ਲੈਣਾ ਚਾਹੀਦਾ ਨਾ ਮੈਨੂੰ ਕੋਈ ਪੁੱਛੇ ਤੇ ਕੌਣ ਹੈ ਤੂੰ ਤੇ ਮੈਂ ਵੀ ਕਹਿੰਦਾ ਮੈਂ ਕੀ ਆ ਕੀ ਆ ਮੈਂ ਤੇ ਗੁਰੂ ਨਾਨਕ ਕੀ ਕਹੇਗਾ ਜੇ ਸੱਚੀ ਮੁੱਚੀ ਦਾ ਸਿੱਖ ਹੈ ਤੇ ਤਾਂ ਸਿੱਖ ਕਹਾਈ ਨਹੀਂ ਤੇ ਨਾਕਵਾ ਕਹਾਂਗੇ ਕਿ ਨਹੀਂ ਜੇ ਮੁਸਲਮਾਨ ਨੂੰ ਕਹਿ ਸਕਦੇ ਨੇ ਤੇ ਸਾਨੂੰ ਨਹੀਂ ਕਹਿ ਸਕਦੇ ਸਾਨੂੰ ਛੋਟ ਮਿਲ ਜੇਗੀ ਜਾਂ ਹੋਏ ਤਾਂ ਮੁਸਲਮਾਨ ਕਹਾਵਾ ਜਾਂ ਹੈ ਸਿੱਖ ਤੇ ਕਹਵਾਲਾ ਬਰਕਤ ਵਾਹਿਗੁਰੂ 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 ਇੱਕ ਭਗਤ ਭਗਵਾਨ ਜੇ ਪ੍ਰਾਣੀ ਕਾ ਨਹੀਂ ਮਨ ਇੱਕ ਭਗਤ ਭਗਵਾਨ ਜੇ ਪ੍ਰਾਣੀ ਕਾ ਨਹੀਂ ਮਨ ਜੈਸੇ ਸੂਰ ਸੁਆਣ ਨਾਨਕ ਮਨ ਉਹਦਾ ਤਨ ਮਹਾਰਾਜ ਨੇ ਕੁੱਤੇ ਨੂੰ ਕੁੱਤਾ ਨਹੀਂ ਕਿਹਾ ਬੋਲ ਵਾਹਿਗੁਰੂ ਮਹਾਰਾਜ ਨੇ ਕਿਸੇ ਨੂੰ ਕੁੱਤੇ ਨੂੰ ਕੁੱਤਾ ਨਹੀਂ ਕਿਹਾ ਇਹ ਤਾਂ ਅਸੀਂ ਨਾਂ ਰੱਖੇ ਨੇ ਜੇ ਸ਼ੇਰ ਦਾ ਨਾਂ ਕੁੱਤਾ ਰੱਖ ਦਿੰਦੇ ਤੇ ਸ਼ੇਰ ਨੂੰ ਤੁਸੀਂ ਕੁੱਤਾ ਕਹਿਣਾ ਸੀ ਕੁੱਤੇ ਦਾ ਨਾਂ ਸ਼ੇਰ ਰੱਖ ਦੋ ਤੇ ਉਹਨੂੰ ਤੁਸੀਂ ਸ਼ੇਰ ਕਹਿਣਾ ਸੀ ਕਿ ਨਹੀਂ ਸੀ ਕਹਿਣਾ ਲੋਕਾਂ ਨੇ ਨਾਂ ਰੱਖਿਆ ਨਾ ਇਹ ਸ਼ੇਰ ਹੈ ਇਹ ਕੁੱਤਾ ਹੈ ਤੇ ਜੇ ਅਸੀਂ ਉਹ ਕੁੱਤੇ ਦੀ ਥਾਂ ਤੇ ਸ਼ੇਰ ਦਾ ਨਾਂ ਕੁੱਤੇ ਦਾ ਨਾਂ ਸ਼ੇਰ ਰੱਖ ਦਿੰਦੇ ਫੇਰ ਕੁੱਤੇ ਨੂੰ ਸ਼ੇਰ ਕਹਿਣਾ ਸੀ ਉਹਨੂੰ ਕੁੱਤਾ ਕਹਿਣਾ ਸੀ ਮੇਰੀ ਗੱਲ ਨੂੰ ਸਮਝਣ ਦੇ ਬਾਣੀ ਕਿਹਨੂੰ ਕਹਿੰਦੀ ਬਾਣੀ ਕਹਿੰਦੀ ਲੱਭ ਕੁੱਤਾ ਬਾਨੀ ਕਹਿੰਦੀ ਲੱਬ ਕੁੱਤਾ ਕੂੜ ਚੂੜਾ ਅਸੀਂ ਬੰਦਿਆਂ ਨੂੰ ਚੂੜਾ ਕਹੀ ਜਾਂਦੇ ਆ ਕੋਈ ਬੰਦਾ ਚੂੜਾ ਨਹੀਂ ਆਗਾ ਸਭ ਇਨਸਾਨ ਇੱਕੋ ਹੀ ਇੱਕੋ ਹੀ ਜੋਤੂ ਪੈਦਾ ਹੋਏ ਨੇ ਉੱਚਾ ਨਹੀਂ ਮਾ ਕਿਵੇਂ ਹੋ ਸਕਦਾ ਬਲਵਾਹਿ ਗੁਰੂ ਜੇ ਸਾਰਿਆਂ ਦੀ ਜੋਤ ਉਸ ਪਰਮੇਸ਼ਰ ਦੀ ਹੈ ਤੇ ਫਿਰ ਨੀਵਾ ਉੱਚਾ ਚੂੜਾ ਕੌਣ ਤੇ ਜੱਟ ਕੌਣ ਤੇ ਬ੍ਰਾਹਮਣ ਕੌਣ ਤੇ ਖੱਤਰੀ ਕੌਣ ਤੇ ਸ਼ੂਦਰ ਕੌਣ ਬਲਵਾਹਿ ਗੁਰੂ ਹਾਂ ਜੇ ਕਿਸੇ ਦੇ ਅੰਦਰ ਲਾਲਚ ਹੈ ਤੇ ਉਹ ਕੁੱਤਾ ਏ ਲੱਭ ਕੁੱਤਾ ਏ ਕੂੜ ਚੂੜਾ ਏ ਝੂਠ ਬੋਲਦੇ ਆਂ ਤੇ ਅਸੀਂ ਚੂੜੇ ਆਂ ਬੋਲ ਵਾਹ ਪੁਰ ਠੱਗ ਖਾਦਾ ਮੁਰਦਾਰ ਅਸੀਂ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਜੇ ਠੱਗੀ ਮਾਰ ਕੇ ਖਾਲੀ ਤੇ ਮਾਸ ਖਾ ਲਿਆ ਕੂੜ ਬੋਲ ਮੁਰਦਾਰ ਖਾਏ ਅਸੀਂ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਸੀ ਤੇ ਬੇਸ਼ਰੋ ਉਹ ਕਹਿੰਦਾ ਝੂਠ ਬੋਲਿਆ ਤੇ ਮਰਦਾ ਤ ਖਾ ਲਿਆ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਆਪ ਲੁੱਟਿਆ ਹੋਇਆ ਆਪਣਾ ਸਾਥ ਵੀ ਡੋਬ ਲੈਂਦਾ ਨਾਲ ਹੀ ਅੱਜ ਇਹੋ ਕੁਛ ਹੀ ਹੋ ਰਿਹਾ ਜਿੰਨਾ ਨੁਕਸਾਨ ਕੌਮ ਦਾ ਜੱਥੇਦਾਰਾਂ ਨੇ ਜਿੰਨਾ ਕੌਮ ਦਾ ਨੁਕਸਾਨ ਆਗੂਆਂ ਨੇ ਕੀਤਾ ਨਹੀਂ ਤੇ ਇਹ ਕੌਮ ਕਿਤੇ ਵਾਹਿਗੁਰੂ 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 ਰੂਰ ਮਾਡਲ ਨੂੰੰਤੇ ਸੀ ਪਰ ਤੁਸੀਂ ਦੇਖਣਾ ਸੀ ਨਾ ਗਰੰਥੀਆਂ ਵਾਲ ਤੁਸੀਂ ਦੇਖਣਾ ਸੀ ਆਪਣੇ ਆਗੂਆਂ ਨੂੰ ਦੇਖ ਕੇ ਆਪਣੇ ਜਥੇਦਾਰਾਂ ਨੂੰ ਦੇਖ ਕੇ ਤੁਹਾਡਾ ਜੀਵਨ ਬਣਨਾ ਸੀ ਜਦੋਂ ਨੇ ਦੇਖਿਆ ਵੀ ਮੇਰੇ ਵਰਗਿਆਂ ਨੇ ਭਾਵੇਂ ਗਾਤਰਾ ਪਾਇਆ ਵੱਡਾ ਪਾਇਆ ਛੋਟਾ ਪਾਇਆ ਕਿਰਪਾਨ ਪਾਈ ਲੰਬੀ ਪਾਈ ਵੱਡਾ ਗਾਤਰਾ ਵੱਡੀ ਪੱਗ ਵੱਡਾ ਸਾਰਾ ਕੁਝ ਬੰਨਿਆ ਆ ਪਰ ਉਹਦੇ ਕਰਮ ਤੂੰ ਕਹਿੰਦੇ ਫਰੇਬ ਬਣ ਕੇ ਅਸੀਂ ਕੀ ਲੈਣਾ ਬੋਲੋ ਵਾਏ ਵਾਏ ਕਰੋ ਵਾਏ ਕਰੋ ਲੱਭ ਕੁੱਤਾ ਕੁੱਤਾ ਤਾਂ ਸਾਡੇ ਅੰਦਰ ਹੀ ਵਸਦਾ ਪਿਆ ਨਾ ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੋਂਕੇ ਸਦਾ ਬਿਆਲ ਇੱਕ ਕੁੱਤਾ ਤੇ ਦੋ ਕੁੱਤੀਆਂ ਨਾਲ ਹੀ ਬੱਜੀਆਂ ਜੇ ਮੈਂ ਪਹਿਲਾਂ ਵੀ ਉੱਠੋ ਅੱਜ ਮੈਂ ਜਾਗਦਾ ਵੀ ਨਹੀਂ ਉਹ ਪਹਿਲਾਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਨੇ ਉਹ ਫਲਾਣਾ ਕੰਮ ਰਹਿ ਗਿਆ ਈ ਅੱਜ ਆ ਕੰਮ ਕਰਨਾ ਈ ਛੇਤੀ ਕਰ ਲੈ ਉੱਠ ਕੇ ਫੜਫੜ ਮੂੰਹ ਧੋ ਪੱਗ ਬਣ ਤੇ ਦੌੜ ਪਾ ਲੋ ਆਇਆ ਇਹ ਸ਼ਬਦ ਨਹੀਂ ਅਸੀਂ ਕਹੋਂਦੇ ਐਨ ਇਹ ਨਾ ਕਹੋਂਦੇ ਅਸੀਂ ਤਾਂ ਗਉਨੇ ਆਂਦੇ ਬਾਜੇ ਤੇ ਬਹਿ ਕੇ ਅੰਮ੍ਰਿਤ ਰਸ ਪੀਆ ਅੰਮ੍ਰਿਤ ਰਸ ਮਹਿ ਆਂਦੇ ਬਾਜੇ ਤੇ ਬਹਿ ਗਿਆ ਤੇ ਰਸ ਪੀਆ ਨਾਲ ਹੀ ਲੈ ਕੇ ਆ ਗਿਆ ਸੀ ਬਾਲਟੀ ਹੈ ਨਾ ਜੇ ਪਹਿਲਾ ਸ਼ਬਦ ਸ਼ੁਰੂ ਕੀਤਾ ਸੀ ਅੰਮ੍ਰਿਤ ਰਸ ਪੀਆ ਮੈਂ ਮੇਰੇ ਕੋਲ ਭਾਈ ਸਾਹਿਬ ਬੈਠੇ ਸੀ ਬੜੇ ਸਿੰਘ ਸੀ ਚੜਦੀ ਕਲਾਲੇ ਜੀਵਨ आले ਮੈਂ ਕਿਹਾ ਭਾਈ ਸਾਹਿਬ ਆਂਦੇ ਹੀ ਅਮਰ ਤਰਸਪੀਆ ਕਹਿੰਦਾ ਬਾਲਟੀ ਨਾਲ ਹੀ ਲਿਆਇਆ ਸੀ ਬੋਲੋ ਵਾਹਿਗੁਰੂ ਹੁਣ ਅੱਜ ਅਸੀਂ ਪੜਦੇ ਸਿਆ ਹਾਂ ਹਾਂ ਮੈਂ ਅਵਗਣ ਭਰੇ ਰੋਜੀ ਹਮ ਅਵਗਣ ਭਰੇ ਰੋਜੀ ਇਹਦੇ ਅੱਗੇ ਆ ਕੇ ਅਖਾਂਗੇ ਹਮ ਅਵਗਣ ਭਰੇ ਤੇ ਇਹ ਕੀ ਕਹੇਗਾ ਫਿਰ ਇਸ ਵਿੱਚ ਕਹੇਗਾ ਇਹ ਤੇ ਕਹੇਗਾ ਉਹ ਗਣ ਛੱਡ ਦੇ ਨਾ ਫਿਰ ਰੋਜ਼ ਹੀ ਮੂੰਹ ਚੁੱਕ ਕੇ ਆ ਜਾਣਾ ਹਮ ਆਵਗਣ ਪਰ ਏਕ ਗੁਣ ਨਹੀਂ ਨਹੀਂ ਕਹੇਗਾ ਤੁਹਾਡੇ ਕੋਲ ਕੋਈ ਬੰਦਾ ਆ ਕੇ ਰੋਜ਼ ਹੀ ਕੋਈ ਇੱਕ ਗੱਲ ਦੱਸੇ ਰੋਜ਼ ਹੀ ਆਖੇ ਮੈਨੂੰ ਆਇਆ ਮੈਨੂੰ ਆਇਆ ਤੂੰ ਤੁਸੀਂ ਕੀ ਕਹੋਗੇ ਉਹਨੂੰ ਦਫਾ ਹੋ ਰੋਜ਼ ਹੀ ਇਹੀ ਕਹਿਣ ਆਜਣਾ ਕਹੋਗੇ ਕਿ ਨਹੀਂ ਕਹੋਗੇ ਹਾਂਜੀ ਅੱਛਾ ਫਿਰ ਦੂਜੀ ਗੱਲ ਮੈਨੂੰ ਇੱਕ ਹੋਰ ਗੱਲ ਦੱਸੋ ਜਿਨ੍ਹਾਂ ਦੇ ਬੋਲ ਨੇ ਉਹਨਾਂ ਚ ਕੋਈ ਆਵਗਣ ਹੈਗਾ ਤੇ ਕੋਈ ਮੇਰੇ ਵਰਗਾ ਔਗਣਾਂ ਦਾ ਭਰਿਆ ਆ ਕੇ ਇੱਥੇ ਕਹੇ ਹਮ ਔਗਣ ਭਰੇ ਤੇ ਕੋਈ ਕਹੇਗਾ ਫਿਰ ਤੂੰ ਤੇ ਹੈਗਾ ਹੀ ਇਹੋ ਜਿਹਾ ਵਢਾਈ ਕੀ ਹੈ ਵਢਾਈ ਇਹ ਆ ਵੀ ਔਗਣ ਵੀ ਕੋਈ ਨਹੀਂ ਤੇ ਫਿਰ ਕਰ ਰਿਹਾ ਹਮ ਔਗਣ ਭਰੇ ਸ਼ਾਇਦ ਮੇਰੀ ਗੱਲ ਪਕੜ ਚਾਹੇ ਕਿਸੇ ਦੀ ਹਾਂ ਅਪਰਾਧੀ ਗੁਨਾਹਗਾਰ ਹਾਂ ਆਪਾਂ ਸਾਰੇ ਹੀ ਪੜਦੇ ਹਾਂ ਅਪਰਾਧੀ ਅਰੇ ਤੂੰ ਅਪਰਾਧੀ ਹੈਂ ਤੇ ਅਪਰਾਧੀ ਤੇ ਹੈਗਾ ਹੀ ਹੈ ਫਿਰ ਭਾਈ ਗੁਰਦਾਸ ਏਦਾਂ ਦਾ ਸੀਗਾ ਬੋਲੋ ਉਹ ਫਿਰ ਵੀ ਮੰਨ ਰਿਹਾ ਤੇ ਅਸੀਂ ਤੇ ਹਾਂ ਤੇ ਅਸੀਂ ਆ ਕੇ ਕਵਾਂਗੇ ਤੇ ਉਹ ਕਹਿੰਦੇ ਫਿਰ ਅਪਰਾਧ ਛੱਡ ਦੇ ਨਾ ਕਰਨੇ ਗੁਨਾਹ ਕਰਨੇ ਛੱਡ ਦੇ ਨਾ ਮੇਰੀ ਗੱਲ ਦੀ ਸ਼ਾਇਦ ਪਕੜ ਜਾ ਰਹੀ ਕਿ ਨਹੀਂ ਆ ਰਹੀ ਜੇ ਅਸੀਂ ਹਾਂ ਹੀ ਅਪਰਾਧੀ ਤੇ ਅਸੀਂ ਆ ਕੇ ਕਹਾਂਗੇ ਹਮ ਅਪਰਾਧੀ ਸਦ ਭੂਲ ਤੇ ਤੂੰ ਬਖਸ਼ਣਹਾਰੇ ਤੇ ਉਹ ਕਹੇਗਾ ਹਾਂ ਮੈਂ ਬਖਸ਼ਣਾ ਤਾਂ ਹੈ ਪਰ ਤੂੰ ਹੁਣ ਭੁੱਲਣਾ ਛੱਡ ਦੇ ਅਪਰਾਧ ਕਰਨਾ ਛੱਡ ਦੇ ਕਹੇਗਾ ਕਿ ਨਹੀਂ ਬੋਲੋ ਕਹੇਗਾ ਨਾ ਅਪਰੋਜ ਕਹਿੰਗੇ ਹਮ ਆਪਕ ਨੂੰ ਭਰੇ ਇੱਕ ਪਤਾ ਕੀ ਹੁੰਦਾ ਫਿਰ ਉਹ ਕਹਿੰਦਾ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸ ਦਾ ਉਹ ਹੀ ਗੁਨਾਹ ਰੋਜ਼ ਉਹਦੀ ਗੁਨਾਹ ਦੀ ਰੋਜ਼ ਮਾਫੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਉਹ ਕਹੇਗਾ ਤੇਰਾ ਤਾਂ ਸੁਭਾਅ ਹੀ ਤੇ ਠੀਠੀ ਹੋ ਗਿਆ ਦਫਾ ਹੋ ਜਾ ਤੁਹਾਡੇ ਕੋਲ ਕੋਈ ਰੋਜ਼ ਵੀ ਰੋਜ਼ ਦੋ ਚਾਰ ਵਾਰੀ ਆ ਕੇ ਕਵੇ ਤੁਸੀਂ ਵੀ ਕਹੋਗੇ ਦਫਾ ਹੋ ਜਾ ਰੋਜ਼ ਮੂੰ ਚੁੱਕਿਆ ਜਾਂਦਾ ਸਮਝਣ ਦੀ ਕੋਸ਼ਿਸ਼ ਕਰੂੰ ਗੁਣ ਗੁਣਾ ਨਾਲ ਭਰਿਆ ਹੋਇਆ ਔਗਣ ਕੋਈ ਨਹੀਂ ਗੁਣਾ ਦਾ ਭਰਿਆ ਹੋਇਆ ਬੰਦਾ ਔਗਣ ਕੋਈ ਨਹੀਂ ਤੇ ਉਹ ਕਹਿ ਰਿਹਾ ਹਮ ਔਗਣ ਭਰੇ ਇੱਕ ਗੁਣ ਨਹੀਂ ਛਾ ਕਰਿਆ ਅੰਮ੍ਰਿਤ ਹਮ ਅੰਮ੍ਰਿਤ ਛਾੜ ਵਿਖਾ ਦੇਖ ਵਡਿਆਈ ਹੈ ਉਹਦੀ ਨੀਵੇਂ ਜਾ ਕੇ ਉਹਨਾਂ ਦੀ ਗੱਲ ਕੀਤੀ ਆ ਸਾਡੇ ਜਦੋਂ ਸਤਪੁਰਖ ਕੋਈ ਗੱਲ ਕਰਦੇ ਨੇ ਨਾ ਜਦੋਂ ਨੀਵੇਂ ਨੂੰ ਚੱਕਣਾ ਹੁੰਦਾ ਤੇ ਫਿਰ ਉਹਦੀ ਸਟੇਜ ਤੇ ਆ ਜਾਂਦੇ ਨੇ ਫਿਰ ਉਹਦੀ ਸਟੇਜ ਤੇ ਆ ਕੇ ਉੱਥੇ ਖੜੇ ਹੋ ਜਾਂਦੇ ਨੇ ਚਿੱਕੜ ਵਿੱਚੋਂ ਕੱਢਣਾ ਤੇ ਚਿੱਕੜ ਵਿੱਚ ਵੜਨਾ ਹੀ ਪੈਣਾ ਹੁਣ ਗੁਰੂ ਤੇਗ ਬਹਾਦਰ ਕਹਿੰਦੇ ਮੰਨ ਰੇ ਕੌਣ ਕੋ ਮੱਤਾ ਲੀਨ ਨਹੀਂ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕਿਨੀ ਤੇ ਗੁਰੂ ਸਾਹਿਬ ਤੇ 26 ਸਾਲ 13 ਮਹੀਨੇ 9 ਮਹੀਨੇ ਬੰਦਗੀ ਕਰਦੇ ਨੇ ਪਹਿਲੇ ਭੋਰੇ ਚ ਬੈ ਕੇ ਤੇ ਨਾਲੇ ਗੁਰੂ ਨੂੰ ਤੇ ਬੰਦਗੀ ਦੀ ਉਦਾਂ ਵੀ ਲੋੜ ਨਹੀਂ ਬੋਲੋ ਵਾਹਕ ਉਹ ਇਦਾਂ ਤੇ ਹੈ ਨਹੀਂ ਪਰ ਉਸ ਲੈਵਲ ਤੇ ਆ ਕੇ ਸਾਡੇ ਲੈਵਲ ਤੇ ਆ ਕੇ ਸਾਡੇ ਨਾਲ ਖੜੇ ਹੋ ਕੇ ਅਰਦਾਸ ਕਰਨੀ ਸ਼ੁਰੂ ਕਰਤੀ ਕਿ ਮਹਾਰਾਜ ਸਾਨੂੰ ਬਖਸ਼ ਲੈ ਹੋ ਜਾਣ ਬੋਲੋ ਵਾਹਿਗੁਰੂ ਵਾਹਿਗੁਰੂ ਇੱਕ ਫਗਤ ਭਗਵਾਨ ਜੇ ਪ੍ਰਾਨੀ ਕਾ ਨਹੀਂ ਮਨ ਇੱਕ ਫਗਤ ਭਗਵਾਨ ਜੇ ਪ੍ਰਾਨੀ ਕਾ ਨਹੀਂ ਮਨ ਇਹ ਵੀ ਅਮਰਦਾ ਭਰਿਆ ਬੋਲੇ ਇਹ ਪ੍ਰੇਮ ਭਰੀਆਂ ਚਿੜਕਾਣੇ ਜਿੰਨਾ ਹੀ ਰਸੋਸ਼ ਸ਼ਬਦ ਚ ਨਾ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਉਨਨਾ ਹੀ ਰਸ ਇਸ ਪੰਕਤੀ ਚ ਹੈ ਉਹੀ ਵਿਰਾਗੇ ਦੇ ਚਾ ਜਾਚ ਆ ਜੇ ਖਾਣ ਦੀ ਗਾਲਾਂ ਖਾਣ ਦੀ ਵੀ ਜਾਚ ਆ ਜੇ ਨਾ ਜੇ ਗੁਰ ਚੜਕੇ ਤਾਂ ਮਿੱਠੀ ਲੱਗਣ ਲੱਗ ਜੇ ਅੰਦਰ ਹਿਲ ਜਾਏ ਹਾਂ ਤੇ ਪਰ ਨਤੇ ਪੜੀ ਜਾਣਾ ਹੈ ਜੇ ਭਗਤ ਭਗਵਾਨ ਜੇ ਪ੍ਰਾਨੀ ਕਹਨਾ ਮਨ ਜੈਸੇ ਸ਼ੁਕਰਸਾਨ ਨਾਨਕ ਮਾਨੋ ਤਾਂ ਹੈ ਤਨ ਤੇ ਖੜਾ ਹੋ ਜਾਣਾ ਇਹ ਮੇਰਾ ਤਨ ਕਿਤੇ ਉਹਦੇ ਵਰਗਾ ਹੀ ਤਾਂ ਨਹੀਂ ਮੇਰੇ ਨਾਲੋਂ ਤਾਂ ਕਿਤੇ ਉਹ ਵੀ ਚੰਗਾ ਹੈ ਬੋਲੋ ਵਾਹਿਗੁਰੂ ਉਹਦੀ ਵੀ ਇੱਕ ਥਾਂ ਉਦਾਹਰਨ ਦਿੱਤੀ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਵਿਦ ਹਰਿ ਪਜੋ ਇੱਕ ਮਨ ਹੋਏ ਕਿਤੇ ਜਾ ਕੇ ਉਹਨੂੰ ਵੀ ਮੰਨਤਾ ਉਹਨੂੰ ਵੀ ਵਡਿਆਈ ਦਿੱਤੀ ਵੀ ਉਹ ਵੀ ਆਪਣੇ ਮਾਲਕ ਦਾ ਵਫਾਦਾਰ ਹੈ ਤੂੰ ਵੀ ਆਪਣੇ ਮਾਲਕ ਦਾ ਵਫਾਦਾਰ ਬਣ ਜਾ ਤੂੰ ਵੀ ਆਪਣੇ ਗੁਰੂ ਦਾ ਹੋ ਜਾ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਭਾਵੇਂ ਉਹਨੂੰ ਛੋਟੇ ਵਜਨ ਭਾਵੇਂ ਉਹਨੂੰ ਡੰਡੇ ਵਜਨੋਂ ਪਾਉ ਰੋਟੀ ਮਿਲੇ ਭਾਵੇਂ ਨਾ ਮਿਲੇ ਉਹ ਸਵਾਮੀ ਦੇ ਦਰ ਤੇ ਬੈਠਾ ਰਹਿੰਦਾ ਦਰ ਕਦੇ ਨਾ ਛੋੜੇ ਮਨ ਰੱਤਾ ਗੋਵਿੰਦ ਸੰਗ ਸੱਚ ਪੋ ਜਨ ਜੋੜੇ ਪ੍ਰੀਤ ਲੱਗੀ ਹਰੀ ਨਾਮ ਸਿਓ ਇਹ ਹਸਤੀ ਕੋੜੇ ਇਹ ਮੇਰੀਆਂ ਘਾਰਾਂ ਨੇ ਇਹ ਮੇਰੇ ਹਾਥੀ ਨੇ ਇਹ ਮੇਰੇ ਜਹਾਜ਼ ਨੇ ਪ੍ਰੀਤ ਲੱਗੀ ਹਰੀ ਨਾਮ ਸਿਓ ਇਹ ਹਸਤੀ ਕੋੜੇ ਇਹ ਹਾਥੀ ਤੇ ਕੋੜੇ ਨੇ ਟਾਡੀ ਦਰ ਪਰ ਮੰਗਣਾ ਦਰ ਕਦੇ ਨਾ ਛੋੜੇ ਕੁਛ ਮਿਲਿਆ ਨਹੀਂ ਮਿਲਿਆ ਨਾ ਸੇ ਮੈਂ ਦਰ ਛੱਡ ਕੇ ਥੋੜੀ ਜਾਣਾ ਅੱਛੇ ਛੱਡ ਦਿੰਦੇ ਨੇ ਮੈਂ ਬਹੁਤ ਸਾਰਿਆਂ ਨੂੰ ਸੁਣਿਆ ਮੈਂ ਸੁਖਨੀ ਸਾਹਿਬ ਪੜਦਾ ਸੀ ਮੈਂ ਚਾਰੀਕ ਦਿਨ ਸੁਖਨੀ ਸਾਹਿਬ ਪੜਿਆ ਮੈਨੂੰ ਤਾਂ ਕੁਝ ਮਿਲਿਆ ਨਹੀਂ ਮੈਂ ਅੱਛਾ ਕੀ ਮਿਲਣਾ ਸੀ ਬੋਲ ਵਾਹਿਗੁਰੂ ਸੁਖਨੀ ਸਾਹਿਬ ਕੀ ਕਹਿੰਦਾ ਪਿਆ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਤੇ ਤੂੰ ਤਾਂ ਪਹਿਲਾਂ ਸੁਖਨੀ ਪੜ ਤੂੰ ਪਹਿਲਾਂ ਹੀ ਆਸਾ ਲਾ ਲੀਆਂ ਨੇ ਮੇਰਾ ਫਲਾਣਾ ਕੰਮ ਹੋ ਜਾਏ ਹਣ ਰੱਬ ਨਾ ਹੋ ਗਿਆ ਨੌਕਰ ਹੋ ਗਿਆ ਸਾਡਾ ਵੇ ਬਈ ਇਹ ਸਾਡਾ ਨੌਕਰ ਹੈ ਇਹਦਕੂ ਕੰਮ ਕਰਾਣੇ ਨੇ ਇਹ ਦੇਖੋ ਮੈਂ ਤਾਂ ਇੱਕੋ ਹੀ ਕੰਮ ਲੈਣਾ ਮੈਨੂੰ ਤੁਹਾਡਾ ਨਹੀਂ ਪਤਾ ਇੱਕੋ ਹੀ ਕੰਮ ਹੈ ਮੈਨੂੰ ਮੈਂ ਵਿਛੜਣਾ ਮੈਨੂੰ ਮਲਾ ਲੈ ਬਸ ਵਾਹਿਗੁਰੂ ਵਾਹਿਗੁਰੂ ਰ 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 ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਹਵਾਰ ਵਾਰ ਆਪਣੇ ਗੁਰੂ ਕੋ ਗੁਰੂ ਤੋਂ ਬਿਨਾ ਕੋਈ ਨਹੀਂ ਮਿਲਾ ਸਕਦਾ ਇਹ ਕੋਈ ਕੰਮ ਹੈ ਮਿਲਾ ਲੈ ਬਸ ਬੜੇ ਜਨਮ ਹੋ ਗਏ ਬੜੇ ਦੁੱਖ ਪਾਏ ਅਨਿਕ ਜਨਮ ਬੀਤੀਆਂ ਪਰਮਾਈ ਕਰ ਵਾਸ ਨਾ ਦੇ ਵਹਿਦ ਉਤਰ ਮਾਈ ਟਿਕਾਣਾ ਨਹੀਂ ਲੱਭਦਾ ਪਿਆ ਐਸੇ ਕਰ ਹਮ ਬਹੁਤ ਵਸਾਈ ਵੈਲਕੁਰ ਵੈਲਕੁਰ ਇੱਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਇੱਕ ਭਗਤ ਭਗਵਾਨ ਜੈ ਸੇ ਸੂਕਰ ਨਾਨਕ ਮਨ ਉਹ ਮੈਂ ਆਪਣੇ ਪਿੰਡ ਇੱਕ ਵਾਰੀ ਅਰਥ ਕਰਕੇ ਸੁਣਾਤੇ ਤੇ ਉਹ ਕਹਿੰਦੇ ਹਾਂ ਵੱਡਾ ਜਹੇਦਾਰ ਬਣਿਆ ਫਿਰਦਾ ਸਾਰੇ ਪਿੰਡ ਨੂੰ ਸੂਰ ਤੇ ਕੁੱਤਾ ਬਣਾਉਂਦਾ ਤੁਹਾਹੇ ਜੇ ਕੇਸ ਕਰਨੇ ਸਿਰ ਗੁਰੂ ਤੇਗ ਬਹਾਦਰ ਸਾਹਿਬ ਤੇ ਕਰੋ ਨਾ ਮੈਨੂੰ ਕਿਉਂ ਕਹਿੰਦੇ ਇਹ ਤੇ ਉਹਦੇ ਬੋਲ ਨੇ ਮੇਰੇ ਥੋੜੀ ਨੇ ਇਹ ਬੋਲ ਕੀ ਦੇ ਨੇ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਜਿੰਨੂੰ ਤੁਸੀਂ ਮੱਥਾ ਟੇਕਦੇ ਹੋ ਫਿਰ ਨਾ ਟੇਕਿਆ ਕਰੋ ਨਾ ਮੱਥਾ ਵੈਸੇ ਛੱਡ ਗਏ ਮੱਥਾ ਹੀ ਟੇਕਦੇ ਹੋਰ ਤਾਂ ਕੋਈ ਮੱਥਾ ਹੀ ਟੇਕ ਛੱਡਿਆ ਨਾ ਸਮਝ ਲੱਗੀ ਮੇਰੀ ਗੱਲ ਦੀ ਓਏ ਇੱਕ ਵੰਦਾ ਮੱਥਾ ਹੀ ਟੇਕ ਛੱਡ ਨਾ ਮੈਂ ਤੈਨੂੰ ਮੱਥਾ ਹੀ ਟੇਕਿਆ ਜਾ ਆ ਸਿੱਖਾਂ ਨੇ ਇਹਨੂੰ ਮੱਥਾ ਹੀ ਟੇਕ ਛੱਡਿਆ ਚੱਲ ਜਾ ਤੂੰ ਰਹਿ ਇੱਥੇ ਗੁਰਦੁਆਰੇ ਬੈਠਾ ਰਹਿ ਅਸੀ ਤੇਰੀ ਗੱਲ ਤੇ ਕੋਈ ਮੰਨ ਨਹੀਂ ਜਾਂਦਾ ਤੈਨੂੰ ਮੱਥਾ ਟੇਕਿਆ ਕਈ ਵੇ ਘਰ ਚ ਬੁੱਢਾ ਹੋ ਜਾਏ ਨਾ ਤੇ ਮੈਂ ਕਹਿੰਦਾ ਨਾ ਵੀ ਬਜ਼ੁਰਗ ਦੀ ਗੱਲ ਘਾਟੀ ਸੁਣਦੇ ਨੇ ਨਾ ਅ ਤੂੰ ਹੀ ਤਾਂ ਚੰਗੇ ਹੋ ਫਿਰ ਵੀ ਮੈਨੂੰ ਅੱਜ ਤੀਜੇ ਦਿਨ ਸੁਣ ਲਿਆ ਬੋਲ ਵਾਹਿਗੁਰੂ 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 ਮੈਂ ਨਾ ਨੂੰ ਪੁੱਤਾਂ ਪਿਆ ਮੈਂ ਕਹਾ ਤੁਸੀਂ ਕੋਈ ਨੌਜਵਾਨ ਕਰੋ ਉਹਨਾਂ ਨੇ ਕਹਿੰਦਾ ਕਿ ਤੇ ਬੁੱਢਾ ਸਿਰ ਖਾਂਦਾ ਰਹਿੰਦਾ ਸਾਡਾ ਤੁਸੀਂ ਚੰਗੇ ਫਿਰ ਵੀ ਸੁਣ ਲਿਆ ਨਹੀਂ ਤੇ ਘਰ ਚ ਵੀ ਨਹੀਂ ਬੁੱਢੇ ਦੀ ਗੱਲ ਸੁਣਦੇ ਕਿ ਤੇ ਬਜ਼ੁਰਗ ਹੋ ਗਿਆ ਸੱਤ ਰਿਆ ਬੱਤ ਰਿਆ ਗਿਆ ਤੇ ਮੈਂ ਕਹਾ ਇਹ ਤੇ ਫਿਰ 300 400 ਸਾਲ ਦਾ ਹੋ ਗਿਆ ਨਾ ਤਾਂ ਨੀ ਇਹਦੀ ਗੱਲ ਸੁ ਐ ਸਾਇ ਮੇਰਾ ਨੀਤ ਨਵਾ ਗੁਰ ਕਿਰਪਾ ਤੇ ਨਿਤ ਚਵਾ ਜਿੰਨੀ ਵਾਰੀ ਪੜੋਗੇ ਉੰਨੀ ਵਾਰੀ ਨਵਾ ਰਸ ਆਏਗਾ ਆਸਾ ਦੀ ਵਾਰ ਦਾ ਕੀਰਤਨ 500 ਸਾਲ ਤੂੰ ਹੋ ਰਿਹਾ ਹੈ ਆ ਕਈ ਗਾਣੇ ਆਏ ਤੁਹਾਡੇ ਸਾਹਮਣੇ ਉਹਨਾਂ ਨੂੰ ਬੈਸਟ ਸੈਲਰ ਤੇ ਪਤਾ ਨਹੀਂ ਕੀ ਕੀ ਖਿਤਾਬ ਵੀ ਦਿੱਤੇ ਉਹ ਅੱਜ ਲੱਭਦੇ ਵੀ ਨਹੀਂ ਕਿੱਥੇ ਗਏ ਨੇ ਇਹ ਪਵਿੱਤਰ ਹਿਰਦਿਆਂ ਵਿੱਚ ਉਚਾਰਨ ਹੋਈ ਬਾਣੀ ਹੈ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚੋਂ ਉਚਾਰਨ ਹੋਏ ਬੋਲ ਨੇ ਤੇ ਉਹਨਾਂ ਹੀ ਪਵਿੱਤਰ ਨੇ ਜਿੰਨਾ ਗੁਰੂ ਨਾਨਕ ਸਾਹਿਬ ਦਾ ਹਿਰਦਾ ਸੀ ਤੇ ਉਹਨਾਂ ਹੀ ਨਵੇਂ ਨੇ ਜਿੰਨਾ ਪਹਿਲਾਂ ਸੀ ਤੇ ਉਹ ਨਹੀਂ ਅੱਜ ਜਿਨੀਵਰੀ ਗਾਉਗੇ ਤੇ ਆਣਾ 19ਵਰੀ ਨਵਰਾਸ ਆਏਗਾ ਬੋਰ ਨਹੀਂ ਹੋਵੋਗੇ ਤਾਜ਼ੇ ਹੋਵੋਗੇ ਸਵਸਤ ਹੋਵੋਗੇ ਨਿਰੋਗ ਹੋਵੋਗੇ ਰੱਬ ਦੇ ਨੇੜੇ ਹੋਵੋਗੇ ਜਿੰਨੇ ਜਿਆਦਾ ਪੜੀ ਜਾਓਗੇ ਉਨਾ ਹੀ ਲਾਗੇ ਹੋਈ ਜਾਓਗੇ ਰੱਬ ਦੇ ਜਿਉਂ ਜਿਉਂ ਸਾਇਬ ਮਨ ਵਸੇ ਤਿਉਂ ਤਿਉਂ ਅੰਮ੍ਰਿਤ ਪੀਓ ਸਾਇਬ ਕੌਣ ਹੈ ਬਾਣੀ ਵਾ ਵਾ ਬਾਣੀ ਤਾਂ ਜਿਉਂ ਜਿਉਂ ਸਾਇਬ ਮਨ ਵਸੇ ਜਿਵੇਂ ਜਿਵੇਂ ਬਾਣੀ ਤੁਹਾਡੇ ਮਨ ਅੰਦਰ ਵਸਦੀ ਜਾਏਗੀ ਜਿਵੇਂ ਬਾਣੀ ਦੇ ਗੁਣ ਤੁਹਾਡੇ ਅੰਦਰ ਵਸਦੇ ਜਾਣਗੇ ਜਿਵੇਂ ਗੁਰੂ ਦੇ ਗੁਣ ਤੁਹਾਡੇ ਅੰਦਰ ਵਸਦੇ ਜਾਣਗੇ ਉਵੇਂ-ਉਵੇਂ ਤੁਸੀਂ ਰੱਬ ਦੇ ਨੇੜੇ ਹੋਈ ਜਾਵੋਗੇ ਤੇ ਫਿਰ ਕੀ ਹੋਏਗਾ ਜੋ ਪ੍ਰਾਣੀ ਨਿਸ ਦਿਨ ਭਜੈ ਬੋਲੋ ਜੋ ਪ੍ਰਾਣੀ ਨਿਸ ਦਿਨ ਭਜੈ ਜਿਹੜਾ ਜਿਹੜਾ ਕੱਲ ਪੁੱਛ ਰਿਹਾ ਸੀ ਕਿਸੇ ਨੂੰ ਮੈਨੂੰ ਨਹੀਂ ਪਤਾ ਕੌਣ ਸੀ ਨਾ ਕੀਦਾ ਸੀ ਉਹਨੂੰ ਪਤਾ ਹੋਏਗਾ ਉਹਦੇ ਲਈ ਜਿਹੜਾ ਬੰਦਾ ਨਿਸ ਦਿਨ ਰਾਤ ਜਪਦਾ ਨਿਸ ਦਿਨ ਨਿਸ ਦਿਨ ਨਿਸ ਰਾਤ ਨੂੰ ਦਿਨ ਜੋ ਪ੍ਰਾਣੀ ਨਿਸ ਦਿਨ ਭਜੈ ਜੜਾ ਦਿਨ ਰਾਤ ਭਜਨ ਕਰਦਾ ਰੂਪ ਰਾਮ ਤੇ ਜਾਣ ਪਹਿਲੇ ਨੂੰ ਕੀ ਕਿਹਾ ਸੀ ਸੂਰ ਸੂਰ ਤੇ ਬੋਲਦੇ ਨਹੀਂ ਸੰਗਦੇ ਕੋਟੇਗਾ ਕੋਈ ਹਾਂ ਆ ਤਾਂ ਇੱਥੇ ਕੀ ਕਿਹਾ ਰੂਪ ਰਾਮ ਤੇ ਜਾਣ ਉਹਨੂੰ ਕੀ ਸਮਝ ਰੱਬ ਦਾ ਹੀ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮੇਰੀ ਗੱਲ ਸੱਚੀ ਕਰਕੇ ਮੰਨ ਲੈ ਰੱਬ ਤੇ ਰੱਬ ਦੇ ਬੰਦੇ ਵਿੱਚ ਕੋਈ ਫਰਕ ਨਹੀਂ ਰੱਬ ਦਾ ਹੀ ਬੰਦਾ ਹੀ ਤੇ ਬੰਨਾ ਔਖਾ ਹੈ ਬੋਲੋ ਵਾਹਿਗੁਰੂ ਵਾਹਿਗੁਰੂ ਬੰਦਾ ਸੋ ਜੋ ਬੰਦਗੀ ਗਹਿ ਤੇ ਉਦਾਂ ਕਹਿੰਦੇ ਨੇ ਬੰਦਗੀ ਕਰੇ ਤੇ ਬੰਦਾ ਨਹੀਂ ਤੇ ਗੰਦੇ ਤੂੰ ਵੀ ਗੰਦਾ ਕੋਈ ਬੰਦਾ ਜਿਹੜਾ ਬੰਦਗੀ ਕਰਦਾ ਬੋਲ ਵਾਹਿਗੁਰੂ 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 ਬੰਦੇ ਬੰਦਗੀ ਇੱਕ ਤਿਆਰ ਸਾਇਬ ਰੋਸ ਤਰੂ ਕੇ ਪਿਆਰ ਪਾਵੇਂ ਪਿਆਰ ਕਰੇ ਤੇ ਪਾਵੇਂ ਰੋਸ ਕਰੇ ਪਾਵੇਂ ਕੁਛ ਦੇ ਤੇ ਪਾਵੇਂ ਨਾ ਦੇ ਮੇਰਾ ਕੰਮ ਤੇ ਆ ਵਾਹ ਗੁਰੂ ਕਹਿਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਸਾਡੀ ਮਰਜ਼ੀ ਐ ਕਿਹੜੀ ਕਿਹੜੀ ਲਾਈਨ ਚ ਖਲਾਉਣਾ ਹੈ ਪਹਿਲਾ ਹੀ ਸ਼ਲੋਕ ਵਾਲ ਖਲਾਉਣਾ ਹੈ ਕਿ ਆ ਦੂਜੇ ਵਾਲ ਆਉਣਾ ਹੈ ਹਨ ਜੋ ਪ੍ਰਾਣੀ ਇਸ ਦਿਨ ਭਜੈ ਰੂਪਰਾਮ ਹਰ ਜਨ ਹਰ ਅੰਤਰ ਨਹੀਂ ਗੁਰੂ ਤੇ ਇੱਕ ਬਾਦਰਸਾ ਕਹਿੰਦੇ ਨੇ ਸੱਚੀ ਗੱਲ ਕਰਕੇ ਮੰਨ ਲੈ ਜਿਹੜਾ ਦਿਨ ਰਾਤ ਭਜਨ ਬੰਦਗੀ ਕਰਦਾ ਉਹਦੇ ਵਿੱਚ ਤੇ ਰੱਬ ਦੇ ਵਿੱਚ ਰਤੀ ਮਾਸਾ ਵੀ ਫਰਕ ਨਹੀਂ ਪਿੰਨ ਭੇਦ ਨਹੀਂ ਦੇਖ ਲਓ ਹੁਣ ਬੰਦਗੀ ਕਰਕੇ ਦੇਖ ਲਿਓ ਕਰਕੇ ਦੇਖਣਾ ਪੈਣਾ ਹੈ ਨਾ ਪੜਨ ਨਾਲ ਤੇ ਅਰਥ ਕਰਨਾ ਕੁਝ ਨਹੀਂ ਹੋਣਾ ਬੋਲੋ ਵਾਹਿਗੁਰੂ ਵਾਹਿਗੁਰੂ ਅਰਥ ਕਰਾਂਗੇ ਤੁਸੀਂ ਸੁਣ ਕੇ ਤੁਰ ਜਾਣੇ ਨੇ ਮੈਂ ਕਰ ਦਿੱਤੇ ਨੇ ਤੁਸੀਂ ਸੁਣ ਲਏ ਨੇ ਪਰ ਜਿਹੜੇ ਪ੍ਰੈਕਟੀਕਲ ਕਰਨਗੇ ਉਹ ਰੱਬ ਹੀ ਬਣ ਜਾਣਗੇ ਬੋਲੋ ਵਾਹਿਗੁਰੂ ਜੂਨਦੇ ਜੀ ਪਰਮਾਤਮਾ ਬਣ ਜਾਣਗੇ ਵਾਹਿਗੁਰੂ 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 ਆਇ ਤੇ ਪਰਮਾਨ ਹੈ ਜਿਨਾ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਾਂ ਦਰਗਾ ਬੈਸਣ ਜਾਏ ਦਰਗਾਚ ਵੀ ਤਾਂ ਮਿੱਠਾ ਮਿਲੇਗੀ ਜੇ ਤੁਸੀਂ ਇੱਥੇ ਮਾਤ ਲੋਕ ਵਿੱਚ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ ਇੱਥੇ ਸੱਚੇ ਵਾਹਿਗੁਰੂ ਦੇ ਰੰਗ ਵਿੱਚ ਆਪਣੀ ਆਤਮਾ ਨੂੰ ਰੰਗ ਲਵੋਗੇ ਬੋਲ ਵਾਹਿਗੁਰੂ ਵਾਹਿ ਰੰਗ ਚੜਾ ਲਉ ਮਨ ਰੂੜੇ ਰੰਗ ਲੈ ਸੱਚਾ ਰੰਗ ਚੜਾਏ ਏ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾ ਤੂੰ ਸੱਚਾ ਰੰਗ ਚੜਾਏ ਤੂੰ ਸੱਚਾ ਰੰਗ ਚੜਾਏ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਰੂੜੀ ਬਾਣੀ ਜੇ ਰਪੈ ਨਾ ਰੰਗ ਲਹੇ ਨਾ ਜਾਏ ਨਾ ਰੰਗ ਲਹੇ ਨਾ ਜਾਏ ਨਾ ਰੰਗ ਲਹੇ ਨਾ ਜਾਏ ਤੂੰ ਸੱਚਾ ਰੰਗ ਚੜਾਏ ਤੂੰ ਸੱਚਾ ਰੰਗ ਚੜਾਏ ਤੂੰ ਸੱਚਾ ਰੰਗ

र र र र र र सचा रंग चढ़ाए तू सचा रंग चढ़ाए माया रंग बिरंग खिने में जो बादर की शाही ਮਾਇਦੇ ਰੰਗ ਇੱਕ ਖਿੰਨ ਵਿੱਚ ਲੱਥ ਜਾਂਦੇ ਨੇ ਜਿੰਨੇ ਮਰਜੀ ਦੁਨੀਆ ਦੇ ਭੋਗ ਭੋਗ ਲੋ ਥੋੜੀ ਦੇਰ ਬਾਅਦ ਉਹ ਫਿੱਕਾ ਹੋ ਜਾਂਦਾ ਕੋਈ ਕੱਪੜਾ ਸੋਹਣਾ ਪਾ ਲੋ ਦੋ ਦਿਨ ਚਾਰ ਦਿਨ ਬਾਅਦ ਮਨ ਭਰ ਜਾਂਦਾ ਉਹਨੂੰ ਪਾਣ ਨੂੰ ਜੀ ਨਹੀਂ ਕਰਦਾ ਕੋਈ ਖਾਣਾ ਰੋਜ਼ ਖਾਓ ਦੋ ਤਿੰਨ ਵਾਰੀ ਦੂਜੇ ਡਾਂਗੀ ਤੇ ਨਹੀਂ ਤੇ ਤੀਜੇ ਡਾਂਗ ਤੁਹਾਡਾ ਖਾਣ ਨੂੰ ਉਹਨੂੰ ਜੀ ਨਹੀਂ ਕਰੇਗਾ ਪਾਰੇ ਇੱਕ ਐਸਾ ਸ਼ਬਦਿਆ ਵਾਹ ਗੁਰੂ ਜਿੰਨੂੰ ਛੱਡਣ ਨੂੰ ਦਿਲ ਹੀ ਨਹੀਂ ਕਰਦਾ ਹੋਰ ਗੂੜਾ ਹੋ ਜਾਂਦਾ ਹੋਰ ਚਾਅ ਚੜੀ ਜਾਂਦਾ ਸੇ ਲਾਲ ਭੇ ਗੂੜੇ ਰੰਗ ਰਾਤੇ ਜਿਨਿ ਗੁਰ ਮਿਲ ਹਰ ਹਰ ਗਾਇਆ ਜਿਨਿ ਗੁਰ ਮਿਲ ਹਰ ਹਰ ਗਾਇਆ ਜਿਨਿ ਗੁਰ ਮਿਲ ਹਰ ਹਰ ਗਾਇਆ ਉਹਨਾਂ ਦੇ ਚਿਹਰਿਆਂ ਤੇ ਲਾਲੀਆਂ ਆ ਗਈਆਂ ਨਾਮ ਦੀਆਂ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲ ਜੱਪੋਗੇ ਤੇ ਆਏਗੀ ਨਾ ਅਜੇ ਤਾਂ ਸੁੱਕੇ ਹੀ ਨਹੀਂ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਪੰਧ ਜਲੰਦੜੀ ਮੇਰਾ ਅੰਦਰ ਜਦੋਂ ਗੁਰੂ ਦੇ ਦੱਸੀ ਮਾਰਗ ਤੇ ਗੁਰੂ ਦੀ ਸਿੱਖਿਆ ਤੇ ਤੁਰ ਪਏ ਨਾ ਅੰਦਰੋਂ ਠੰਡੇ ਹੋ ਗਏ ਅੰਦਰ ਦੀ ਅੱਗ ਬੁਝ ਗਈ ਨਹੀਂ ਤੇ ਅੰਦਰ ਅੱਗ ਲੱਗੀ ਏ ਪਦਾਰਥਾਂ ਦੀ ਬੜੀ ਭੁੱਖੇ ਅੰਦਰ ਇੱਕ ਹੋਰ ਭੁੱਖਿਆ ਦੋ ਭੁੱਖਾ ਨੇ ਇੱਕ ਤਾਂ ਪਦਾਰਥਾਂ ਦੀ ਭੁੱਖ ਹੈ ਇੱਕ ਪਦਾਰਥ ਦੇਣ ਵਾਲਾ ਜਿਹੜਾ ਪਿੱਛੇ ਬੈਠਾ ਹੈ ਜਿਹੜਾ ਇਹਨਾਂ ਪਦਾਰਥਾਂ ਦੇ ਪਿੱਛੇ ਬੈਠਾ ਹੈ ਆ ਜਿਹੜਾ ਸਾਰਾ ਦਿਸਦਾ ਪਿਆ ਨਾ ਇਹਦੇ ਪਿੱਛੇ ਇੱਕ ਹੋਰ ਬੜੀ ਵੱਡੀ ਸ਼ਕਤੀ ਆ ਉਹਦੀ ਜੇ ਭੁੱਖ ਲੱਗ ਜਾ ਮੇਰੇ ਅੰਤਰ ਭੁੱਖ ਨਾ ਉਤਰੇ ਅਮਲੀ ਜੇ ਸੋਹ ਭੋਜਨ ਮੈਂ ਨੀਰੇ ਮੈਨੂੰ ਸੌ ਪ੍ਰਕਾਰ ਦੇ ਭੋਜਨ ਪਕਾਵ ਕਾ ਕੇ ਮੇਰੇ ਅੱਗੇ ਰੱਖ ਦਿੱਤੇ ਨੇ ਪਰ ਮੇਰੇ ਅੰਦਰ ਤਾਂ ਭੁੱਖ ਹੋ ਰੇ ਮੇਰੇ ਅੰਦਰ ਲੋਚਾ ਮਿਲਨ ਕੀ ਪਿਆਰੇ ਹਉ ਕਿਉਂ ਪਾਈ ਗੁਰ ਪੂਰੇ ਭੁੱਖ ਲੱਗੀ ਪੂੜੀਆਂ ਦੀ ਛੋਲਿਆਂ ਦੀ ਗੁਰੂਨ ਮਿਲਣ ਦੀ ਭੁੱਖ ਲੱਗੀ ਹੈ ਨਹੀਂ ਭੁੱਖ ਲੱਗੀ ਤਾਂ ਨਹੀਂ ਮਿਲਣਾ ਸਮਝ ਲਿਓ ਜੀ ਜੈਸੀ ਭੁੱਖ ਤੈਸੀ ਕਾਪੂਰਕ ਜੋ ਤੁਸੀਂ ਮੰਗੋਗੇ ਮਿਲੇਗਾ ਅਵਸ਼ਿ ਮਿਲੇਗਾ ਅੱਜ ਨਹੀਂ ਤੇ ਕੱਲ ਇਸ ਜਨਮ ਵਿੱਚ ਨਹੀਂ ਤੇ ਅਗਲੇ ਜਨਮ ਵਿੱਚ ਜੋ ਤੁਸੀਂ ਫੁਰਨਾ ਬਣਾ ਲਿਆ ਉਹ ਤੁਹਾਡਾ ਪੂਰਾ ਹੋਣਾ ਹੀ ਹੋਣਾ ਹੈ ਵਸ਼ ਹੋਣਾ ਹੈ ਉਹਦੇ ਲਈ ਤੁਹਾਨੂੰ ਪਤਾ ਨਹੀਂ ਕਿੰਨੇ ਜਨਮ ਲੈਣੇ ਪੈਣਗੇ ਤੇ ਜੇ ਕੋਈ ਫਰਨਾ ਬਣੇ ਕੁਛ ਨਹੀਂ ਚਾਹੀਦਾ ਮੈਨੂੰ ਤੂੰ ਹੀ ਚਾਹੀਦਾ ਐਨੀ ਭੁੱਖ ਚ ਬਾਕੀ ਦੀਆਂ ਭੁੱਖਾਂ ਹੀ ਮਿਟਾ ਦੇਗੀ ਸਾਚੇ ਨਾਮ ਕੀ ਸਾਚੇ ਨਾਮ ਕੀ ਲੱਗ ਹੈ ਉਹ ਭੁੱਖੇ ਖਾਏ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਵਾਈਕਰੂ ਰੂ 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 ਤੂੰ ਵਿਸਰੈ ਤਦ ਹੀ ਮਰ ਜਾਉ ਬਸ ਜਦੋਂ ਤੂੰ ਮੈਨੂੰ ਵਿਸਰਦਾ ਨਾ ਮੈਂ ਉਸੇ ਵੇਲੇ ਮਰੀ ਜਾਣਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਾਂ ਜੀਵਾ ਮਰ ਮਰ ਜਾਉ ਜਿੰਨਾਂ ਨੂੰ ਲੱਗੀ ਸੀ ਭੁੱਖ ਨਾ ਉਹਨਾਂ ਨੂੰ ਮਿਲਿਆ ਨਾ ਤੇ ਉਹ ਕਹਿੰਦੇ ਨੇ ਇੱਕ ਘੜੀ ਦਿਨ ਸਮੋ ਕੋ ਬਹੁਤ ਦਿਹਾਰੇ ਨਾਨਕ ਮਿਲੋ ਕਪਟਦਾਰ ਖੋਲੋ ਇੱਕ ਘੜੀ ਖਟਮਾਸਾ ਮੇਰੀ ਇੱਕ ਇੱਕ ਘੜੀ 6 6 ਮਹੀਨੇ ਵਾਂਗ ਬੀਤ ਰਹੀ ਏ ਤੇ ਸਾਡੇ ਤੇ ਤਾਂ ਸ਼ਾਇਦ 6 ਮਹੀਨੇ ਚ ਵੀ ਘੜੀ ਨਾ ਆਈ ਹੋਵੇ ਹੈਨਾ ਸਮਝ ਰਾਹੀ ਮੈਂ ਜੋ ਕਹਿ ਰਿਹਾ ਜਿੰਨੂੰ ਪਿਆਸ ਲੱਗੀ ਸੀ ਨਾ ਮਿਲਣ ਦੀ ਉਹ ਕਹਿੰਦੇ ਮੇਰੀ ਇੱਕ ਘੜੀ ਨਾ ਇੱਕ ਘੜੀ ਨਾ ਮਿਲਤੇ ਤਾਂ ਹੌਣ ਕਾਦ ਮਿਲਿਆ ਪ੍ਰਿਆ ਮੋਹੇ ਰੈਣ ਨਾ ਵਿਹਾਵੇ ਸੰਸਾਰੀ ਰਾਤ ਸੁੱਤੇ ਰਹੇ ਤੇ ਮੋਹੇ ਰੈਣਾ ਵੇ ਨੀਂਦ ਨਾ ਇਤਾਂ ਗੱਲ ਥੋੜੀ ਬਣਦੀ ਕੋਈ ਬਣਦੀ ਹੈ ਮੈਂ ਕਿਸੇ ਗੁਰਦੁਆਰੇ ਸੀ ਤੇ ਮੇਰੇ ਨਾਲ ਇੱਕ ਹੋਰ ਸਿੰਘ ਆ ਗਿਆ ਉਹ ਵੀ ਕਥਾ ਕੀਰਤਨ ਕਰਦਾ ਸੀ ਪੰਜਾਬੀ ਸਖੰਦਾ ਸੀ ਗੁਰਮੁਖੀ ਲੋਕਾਂ ਨੂੰ ਚੰਗੀ ਗੱਲ ਹੈ ਬੋਲ ਵਾਹਿਗੁਰੂ ਗੁਰਦੁਆਰਾ ਬੜਾ ਵੱਡਾ ਸੀ ਦੋ ਹੀ ਅਸੀਂ ਬੰਦੇ ਰਾਤ ਨੂੰ ਸੀ ਗੁਰਦੁਆਰੇ ਚ ਬਾਕੀ ਤੇ ਲੋਕ ਘਰ ਨੂੰ ਚਲ ਗਏ ਸੰਗਤ ਸਾਰੀ ਦੋਵੇਂ ਸੀ ਅਸੀਂ ਸਵੇਰੇ ਮਰਦ ਵੇਲਾ ਹੋਇਆ ਤੇ ਚਲੋ ਥੋੜਾ ਬਤਾ ਨਿਤਨੇਮੋਨੇ ਕੀਤਾ ਤਮਾਮੀ ਕੀਤਾ ਤੇ ਮੈਨੂੰ ਕਹਿੰਦਾ ਭਾਈ ਸਾਹਿਬ ਕੀਰਤਨ ਕਰੀਏ ਮੈਂ ਕਿਹਾ 7 ਵਜੇ ਚਲੋ ਇਤੋਂ ਵਧੀਆ ਹੋਰ ਕੀ ਹੋ ਸਕਦਾ ਗੁਰਦੁਆਰੇ ਚਲੇ ਗਏ ਤੇ ਮੈਨੂੰ ਕਹਿੰਦਾ ਤੂੰ ਸੁਣਾਓ ਮੈਂ ਕਿਹਾ ਤੁਸੀਂ ਕਹਿ ਕੀਰਤਨ ਕਰੀਏ ਮੈਂ ਤਾਂ ਕਿਹਾ ਹੀ ਨਹੀਂ ਮੈਨੂੰ ਤਾਂ ਚਾ ਉੱਠਿਆ ਹੀ ਨਹੀਂ ਤੁਸੀਂ ਕਹੇ ਤੁਸੀਂ ਸੁਣਾਓ ਉਹਨੇ ਵਾਜਾ ਫੜ ਲਿਆ ਤੇ ਕੀਰਤਨ ਕਰਨ ਲੱਗਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤਾਂ ਅਗਲੀ ਪੰਕਤੀ ਕੀ ਹੈ ਤੁਦਬਿਨ ਰੋਗ ਰਜਾਈਆ ਡੋਡਣ ਜਦੋਂ ਉਹਨੇ ਕਹਿਣਾ ਤੁਦਬਿਨ ਰੋਗ ਰਜਾਈਆ ਦਾ ਡੋਡਣ ਤੇ ਮੈਂ ਤਾਂ ਵਾਜਾ ਫੜ ਲਿਆ ਮੈਂ ਕਿਹਾ ਬਸ ਕਰ ਰਾਤ ਚਲੀਏ ਵਾਪਸ ਬਥੇਰਾ ਹੋ ਗਿਆ ਕੀਤਨ ਕਹਿੰਦਾ ਕੀ ਹੋਇਆ ਮੈਂ ਕਿਹਾ ਦੋ ਹੀ ਬੰਦੇ ਗੁਰਦੁਆਰੇ ਚ ਸਾਰੀ ਰਾਤ ਰਜਾਈ ਲੈ ਕੇ ਤੂੰ ਸੁੱਤਾ ਰਿਹਾ ਤੇ ਮੈਂ ਵੀ ਸੁੱਤਾ ਰਿਹਾ ਤੇ ਹੁਣ ਵਾਜਾ ਫੜ ਕੇ ਗੁਰੂ ਨੂੰ ਕਹਾਂਗੇ ਤੁਦਬਿਨ ਰੋਗ ਰਜਾਈਆ ਦਾ ਡੋਡਣ ਤੇ ਛਿੱਤਰ ਨਹੀਂ ਮਾਰੇਗਾ ਮਾથે ਤਿਲ ਕਹਤ ਬਾਣਾ ਮਾਲਾ ਬਾਣਾ ਲੋਗਨ ਰਾਮ ਖਲੋਣਾ ਜਾਣ ਇਹ ਉਹਦੇ ਬੋਲ ਨੇ ਜਿਹੜਾ ਮਾਛੀਵਾੜ ਦੇ ਜੰਗਲਾਂ ਵਿੱਚ ਨੰਗੇ ਪੈਰੀਂ ਪਿਆ ਹੈ ਹੈ ਕੋਈ ਉਹਦੇ ਕੋਲ ਰਜਾਈ ਹੈ ਕੋਈ ਉਹਦੇ ਕੋਲ ਦੁਨੀਆਂ ਦਾ ਸੁੱਖ ਇਹ ਤੇਰੀ ਮੇਰੀ ਥੋੜੀ ਗੱਲ ਹੈ ਸਾਰੀ ਰਾਤ ਰਜਾਈ ਲੈ ਕੇ ਸੁੱਤਾ ਰਹੇ ਤੇ ਆ ਕੇ ਸਵੇਰੇਗਾ ਤਦ ਮੈਨੂੰ ਰੋਗ ਰਜਾਈਆਂ ਦਾ ਉਡਣ ਵਾਜਾ ਤੋੜ ਦੇ ਜਿੱਦਣ ਇੱਕ ਦਿਨ ਰਾਤ ਨੂੰ ਰਜਾਈ ਨਹੀਂ ਨਾ ਲਏਗਾ ਉਹਦੀ ਯਾਦ ਵਿੱਚ ਬੈਠਾ ਰਹਿਣਾ ਪਾਲੇ ਕਕਰ ਚ ਤੇ ਫਿਰ ਗਾਈ ਫਿਰ ਸ਼ਾਇਦ ਸੁਣ ਵੀ ਲਵੇ ਨਹੀਂ ਸ਼ਾਇਦ ਮੇਰੀ ਗੱਲ ਕਿਸੇ ਨੂੰ ਪਕਰ ਚਾ ਦੇ ਦੇਖੋ ਨਾ ਪਿਆਰੇ ਨੂੰ ਪਿਆਰ ਨਾਲ ਤੱਕੋ ਨਾ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰਿਆ ਹੋਏਗਾ ਸਾਲ ਦੀਆਂ ਰਾਤਾਂ ਮੀਂਹ ਪੈਂਦਾ ਸੀ ਆਹ ਹੀ ਆ ਆਹ ਹੀ ਲੱਕ ਆ ਆਨੰਦਪੁਰ ਸਾਹਿਬ ਨਾਲ ਹੀ ਲੱਗਦਾ ਏ ਸਾਰਾ ਕੇਲੇ ਛੱਡੇ ਹੋਣਗੇ ਫੌਜਾਂ ਮੰਗਰ ਲੱਗੀਆਂ ਨੇ ਕਿੱਦਾਂ ਚਮਕੌਰ ਦੀ ਗੜੀ ਚੋਂਗੇ ਕਿੱਦਾਂ ਉੱਥੇ ਜੰਗ ਲੜੀ ਹੋएगी ਕਿੱਦਾਂ ਉੱਥੋਂ ਰਾਤ ਨੂੰ ਨਿਕਲ ਆਇਆ ਫੇ ਕਿੱਦਾਂ ਮਾਛੀਵਾੜ ਦੇ ਜੰਗਲਾਂ 'ਚ ਕੱਲਾ ਹੀ ਪਿਆ ਆ ਤੇ ਉੱਥੇ ਫਿਰ ਫਿਰ ਵੀ ਉਹ ਸ਼ੁਕਰਾਨਾ ਕਰਦਾ ਪਿਆ ਅੱਡੇ ਕੋਲ ਇੰਨੇ ਸੁੱਖ ਨੇ ਅਸੀਂ ਫਿਰ ਵੀ ਕਦੀ ਸ਼ੁਕਰਾਨਾ ਨਹੀਂ ਉਹਦਾ ਕਰਦੇ ਕਰਦੇ ਆ ਇੰਨੇ ਸੁੱਖ ਲੈ ਕੇ ਵੀ ਅਸੀਂ ਕਾਹਦੇ ਨੇ ਆ ਕੀ ਦਿੱਤਾ ਉਹਨੇ ਸਾਨੂੰ ਅਕਈ ਮੈਨੂੰ ਪੁੱਛਦੇ ਪਈਸਾ ਵਰਦਾਸ ਕਿਦਾਂ ਕਰਨੀ ਮੈਂ ਕਿਆ ਕਿਆ ਕਰ ਵਾਹਿਗੁਰੂ ਇਹ ਆਪਣੇ ਆਪੇ ਚਰ ਅਰਦਾਸ ਹੈ ਵਾਹਿਗੁਰੂ ਪੂਰਨ ਅਰਦਾਸ ਹੈ ਵਾਹਿਗੁਰੂ ਇਹ ਦਮਤਲੇ ਨਹੀਂ ਵੀ ਦੂਜੀ ਕਰਨੀ ਨਹੀਂ ਹੈ ਨਾ ਕੋਈ ਗਲਤ ਸਮਝ ਲੋ ਹਣ ਪਈਸਾ ਉਹਨੇ ਕਿ ਐਸੀ ਅਰਦਾਸ ਨਹੀਂ ਕਰਨੀ ਇਹ ਆਪਣੇ ਆਪ ਚੀ ਅਰਦਾਸ ਹੈ ਵਾਹਿਗੁਰੂ ਉਹਨੂੰ ਆਜਾ ਮਾਰਨੀ ਹੈ ਵਾਹਿਗੁਰੂ ਆਪਣੇ ਅੰਦਰ ਬੈਠੀ ਆਪਣੀ ਸੁੱਤੀ ਹੋਈ ਆਤਮਾ ਨੂੰ ਜਗਾਣਾ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਗਾਈ ਰੱਬ ਨੂੰ ਨਹੀਂ ਬੁਲਾ ਰਹੇ ਤੁਸੀਂ ਆਪਣੀ ਸੁੱਤੀ ਹੋਈ ਜਨਮਾ ਤੋਂ ਸੁੱਤੀ ਹੋਈ ਸੁਰਤ ਨੂੰ ਜੁਗਾ ਰਹੇ ਹੋ ਵੈਗਰੂ ਵੈਗਰੂ ਕਹਿ ਕੇ ਔਰ ਜਦੋਂ ਇਹ ਜਾਗ ਗਈ ਉਸੇ ਵੇਲੇ ਇਹਨੇ ਪ੍ਰਮਾਤਮਾ ਦਾ ਰੂਪ ਹੋ ਜਾਣਾ ਉਸੇ ਵੇਲੇ ਤੁਹਾਡਾ ਸਾਰਾ ਕੁਝ ਬਦਲ ਜਾਣਾ 100 ਸਾਲ ਥੋੜੀ ਲੱਗਣਾ ਇੱਕ ਚਿੱਤ ਜੋ ਇੱਕ ਛਿੰਤ ਤੇ ਆਇਓ ਕਾਲਫਾਸ ਕੇ ਪਰੋ ਇੱਕ ਚਿੱਤ ਇੱਕ ਛਿੰ ਸਾਡੀ ਜ਼ਿੰਦਗੀ ਚ ਆਉਣ ਲਈ ਸਾਨੂੰ ਵਾਰ-ਵਾਰ ਵਾਰ-ਵਾਰ ਪੁਕਾਰਨਾ ਪੈਂਦਾ ਵਾਹਿਗੁਰੂ ਗੁਰੂ ਰੂ 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 ਗੁਰੂ ਜੋ ਪ੍ਰਾਣੀ ਇਸ ਦਿਨ ਭਜੈ ਮੈਂ ਮੈਂ ਹੀ ਕੱਲੇ ਨੇ ਬੋਲਣਾ ਤੁਸੀਂ ਨਹੀਂ ਬੋਲਣਾ ਅੱਛਾ ਬਾਣੀ ਪਰਦਾ ਬਾਣੀ ਕੀ ਕਹਰੀ ਹੈ ਜੋ ਚਮੂਚੂ ਬੋਲਾਂਗੇ ਤਾਂ ਕੀ ਹੋਏਗਾ ਅੰਮ੍ਰਿਤ ਵਚਨ ਬੋਲੋ ਅੰਮ੍ਰਿਤ ਵਚਨ ਗੁਰਸਤਗੁਰ ਕੀ ਬਾਣੀ ਗੁਰਸਤਗੁਰ ਕੀ ਬਾਣੀ ਸਤਗੁਰਾਂ ਦੀ ਬਾਣੀ ਕੀ ਹੈ ਅੰਮ੍ਰਿਤ ਬੋਲ ਨੇ ਠੀਕ ਹੈ ਇਨੀ ਗੱਲ ਸਮਝ ਲੱਗ ਗਈ ਜੋ ਬੋਲੇ ਬੋਲੋ ਜਦਾਂ ਇਹ ਬੋਲੇਗਾ ਮੁਖ ਅੰਮ੍ਰਿਤ ਪਾਵੈ ਸਮਝ ਲੱਗੀ ਜਿਹੜਾ ਬੋਲੇਗਾ ਮੂੰਚ ਕੀ ਪਾਏਗਾ ਤੇ ਤੁਸੀਂ ਤਾਂ ਬੋਲਦੇ ਨਹੀਂ ਤੇ ਫਿਰ ਅੰਮ੍ਰਿਤ ਕਿਵੇਂ ਪੀਓਗੇ ਐਈ ਤੇ ਅੰਮ੍ਰਿਤ ਐਈ ਤੇ ਅੰਮ੍ਰਿਤ ਦਾ ਭਰਿਆ ਕਟੋਰਾ ਐ ਐਈ ਤੇ ਅੰਮ੍ਰਿਤ ਦਾ ਸਰੋਵਰ ਐ ਐਈ ਤੇ ਪੀਣਾ ਸੀ ਓਮਕਾਰ ਕਹਿ ਕੇ ਅੱਗੇ ਐਈ ਤੇ ਨਿਤ ਨਹੀਂ ਪੀਣਾ ਸੀ ਸਾਚੀ ਬਾਣੀ ਮਿੱਠੀ ਹੋਲ ਅੰਮ੍ਰਿਤਧਾਰ ਅੰਮ੍ਰਿਤਧਾਰ ਜਨ ਪੀਤੀ ਜਨ ਪੀਤੀ ਤਸਮੁਖ ਦਵਾਰ ਤਸਮੁਖ ਦਵਾਰ ਹੁਣ ਤੇ ਪੀਤੀ ਦੀ ਗੱਲ ਆ ਗਈ ਪੜੀ ਦੀ ਗੱਲ ਹੀ ਨਹੀਂ ਆਈ ਇੱਥੇ ਪੜੀ ਦੀ ਗੱਲ ਹੀ ਨਹੀਂ ਕੀਤੀ ਉਹਨੇ ਕਿਹਾ ਜਨ ਪੀਤੀ ਤੇ ਪੀ ਦਾ ਜੇ ਤੁਹਾਨੂੰ ਪਤਾ ਹੈ ਜੋ ਤੁਸੀਂ ਤਰਲ ਪਦਾਰਥੀ ਪੀਂਦੇ ਹੋ ਇਹਦਾ ਮਤਲਬ ਹੈ ਰਸਨਾ ਤੇ ਪੀਤੀ ਜਾ ਸਕਦੀ ਹੈ ਇੱਥੇ ਰਸਨਾ ਤੇ ਜਦੋਂ ਤੁਸੀਂ ਬੋ ਇਹ 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 ਤੇ ਅੰਮ੍ਰਿਤ ਬਣ ਜਾਂਦੀ ਹੈ ਇਹ ਜਪਜੀ ਅੰਮ੍ਰਿਤ ਬਣ ਜਾਂਦਾ ਉਹ ਜਿਹੜਾ ਬਾਟੇ ਚ ਪਿਆ ਸੀ ਉਹੀ ਅੰਮ੍ਰਿਤ ਪੰਜ ਬਾਣੀਆਂ ਰੋਜ਼ ਉਹੀ ਅੰਮ੍ਰਿਤ ਰੋਜ਼ ਪੀਣਾ ਹੀ ਉਸੇ ਤਰ੍ਹਾਂ ਹੀ ਮਿੱਠੇ ਲੱਗਣੇ ਚਾਹੀਦੇ ਸੀ ਪੰਜਾਬ ਬਾਣੀਆਂ ਦਾ ਨਿਤਨੇਮ ਜੇ ਨਹੀਂ ਲੱਗਿਆ ਤੇ ਕਿਤੇ ਨਾ ਕਿਤੇ ਸਾਡੇ 'ਚ ਹੀ ਕਸਰ ਆ ਉਧਰ ਨਹੀਂ ਉਹ ਤੇ ਪੂਰਾ ਆ ਉਹਦਾ ਤੇ ਅੱਖਰ ਅੱਖਰ ਪੂਰਾ ਆ ਸਾਚੀ ਬਾਣੀ ਮਿੱਠੀ ਅੰਮ੍ਰਿਤ ਤਾਰ ਜਿਨ ਪੀਤੀ ਤਿਸਮੋਖ ਦਵਾਰ ਉਹਦੇ ਲਈ ਸਾਰੇ ਦਰਵਾਜ਼ੇ ਖੁੱਲ ਗਏ ਪੀਣੀ ਆ ਬੋਲ ਵਾਹਿਗੁਰੂ ਜਪਨ ਤੋਂ ਸ਼ੁਰੂ ਹੋਣੀ ਆ ਪੜਨ ਤੋਂ ਸ਼ੁਰੂ ਹੋਣਾ ਹੈ ਪੜਨ ਤੋਂ ਸ਼ੁਰੂ ਹੋਣਾ ਹੈ ਪਰੰਤੂ ਸ਼ੁਰੂ ਹੋ ਕੇ ਪੀਣ ਤੱਕ ਜਾਣਾ ਕਿਸੇ ਕੋਈ ਕੋਏ ਮਾਂਝ ਨੇ ਮਾਣੀ ਮੇਰਾ ਤੇ ਇਕ ਤੂੰ ਹੀ ਆਸਰਾ ਹੈ ਨਾ ਕਿਸੇ ਨੂੰ ਮਾਂ ਦਾ ਹੋਏਗਾ ਕਿਸੇ ਨੂੰ ਪਿਓ ਦਾ ਹੋਏਗਾ ਕਿਸੇ ਨੂੰ ਧਨ ਦਾ ਹੋਏਗਾ ਕਿਸੇ ਨੂੰ ਅਫਸਰ ਦਾ ਹੋਏਗਾ ਕਿਸੇ ਨੂੰ ਵੱਡੀ ਪਦਵੀ ਦਾ ਮਾਣ ਹੋਏਗਾ ਪਰ ਮੇਰੇ ਕੋਲ ਤੇ ਹੋਰ ਕੋਈ ਆਸਰਾ ਹੀ ਕੋਈ ਨਹੀਂ ਕਿਉਂ ਨਾ ਮਰੀ ਜੈ ਕਿਉਂ ਨਾ ਮਰੀ ਜੈ ਕਿਉਂ ਨਾ ਰੋ ਰੋ ਕੇ ਮਰ ਜਾਵਾਂ ਗਾਣਾ ਤਾਂ ਸੌਖਾ ਹੀ ਹੈ ਹੋ ਰਹਿ ਨਾ ਸਕਾਂ ਮੈਂ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਬੋਮਾਲ ਸਿੰਘ ਦਾ ਨਾਂ ਸੁਣਿਆ ਕਹਿੰਦੇ ਭਾਈ ਸਾਹਿਬ ਦੇ ਸੰਗੀ ਸਾਥੀ ਸੀ ਬੀਬੀ ਕੀਰਤਨ ਕਰਦੀ ਸੀ ਵਾਜੇ ਤੇ ਸੇ ਸ਼ਬਦ ਦਾ ਹੋ ਰਹਿ ਨਾ ਸਕਾਂ ਮੈਂ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਤੇ ਭਾਈ ਸਾਹਿਬ ਇਹਨਾਂ ਦੇਖ ਕੇ ਉਹਨਾਂ ਨੇ ਕਹਿੰਦੇ ਬੀਬੀ ਨੀਰ ਨੂਰ ਤੇ ਕਿਤੇ ਦਿਸਦਾ ਨਹੀਂ ਨੇ ਸਮਝ ਲੱਗਿਆ ਇਹ ਗਾਇਆ ਨਹੀਂ ਜਾ ਸਕਦਾ ਸਿਰਫ ਰੋਇਆ ਹੀ ਜਾ ਸਕਦਾ ਏ ਜੇ ਸ਼ਬਦ ਦੀ ਅਵਸਥਾ ਆਜਵੇ ਸਾਡੇ ਤੇ ਹੋਈ ਹੋ ਰਹਿ ਨਾ ਸਕਾਂ ਬਿਨ ਦੇਖੇ ਤੇ ਫਿਰ ਕੀ ਹੋਏਗਾ ਮਨੀਰ ਵਹਿ ਫਿਰ ਗਾਇਆ ਥੋੜੀ ਜਾਏਗਾ ਗਾਇਆ ਜਾਏਗਾ ਫਿਰ ਗਾਛਕ ਹੋਗੇ ਹਾਂ ਨੋਰਾ ਮਨ ਲੋਚਾ ਹੈ ਮੇਰਾ ਮਨ ਲੋਚਾ ਹੈ ਹਾਏ ਪੱਜਨ ਦੀ ਬੜੀ ਆਤ ਹੈ ਅਜੇ ਪਹਿਲਾ ਮੇਰਾ ਮਨ ਲੋਚਦਾ ਪਿਆ ਹੈ ਅਗਲੀ ਗੱਲ ਤੇ ਫੇਰ ਹੀ ਹੋਏਗੀ ਨਾ ਪਹਿਲਾਂ ਇਹ ਤੇ ਬੋਲੋ ਮੇਰਾ ਮਨ ਲੋਚ ਹੈ ਮਨ ਲੋਚ ਹੈ ਕਿਤੇ ਵਾਸਤੇ ਕਿਵੇਂ ਬਿੱਲ ਭਰੇ ਉਹਨੇ ਨੂੰ ਵਾਜੇ ਤੇ ਗਾ ਲੋਗੇ ਬੋਲੋ ਜੇ ਇਹ ਅਵਸਥਾ ਹੋ ਜੇ ਸ਼ਾਇਦ ਸਮਝ ਲੱਗ ਰਹੀ ਮੇਰੀ ਗੱਲ ਦੀ ਕਿ ਨਹੀਂ ਮੈਂ ਥੋੜੀ ਪੜ੍ਹਾਈ ਪਤਾ ਨਹੀਂ ਮਹਾਰਾਜੀ ਜਾਨ ਪੜ੍ਹਾਈ ਗਾਂ ਦੀ ਹੈ ਬਲ ਵਾਹਿਗੁਰੂ ਜੇ ਤੁਹਾਡੀ ਇਹ ਅਵਸਥਾ ਬਣ ਜੇ ਛਾਤਰੀ ਕਦੀ ਆਪਾਂ ਦੇਖਿਆ ਵੀ ਨਹੀਂ ਪਰ ਕਹਿੰਦੇ ਨੇ ਉਪਰੀ ਉਪਰੀ ਕਰਦਾ ਪ੍ਰੂਵ ਪ੍ਰੂਵ ਕਰਦਾ ਉਹਨੂੰ ਯਾਦ ਕਰਦਾ ਕਰਦਾ ਆਪਣੇ ਪ੍ਰਾਨ ਤਿਆਗ ਦਿੰਦਾ ਇੱਕ ਸਵੰਤੀ ਬੂੰਦ ਲਈ ਉਹਦੀ ਉਦਾਹਰਨ ਲਈ ਹੈ ਮਹਾਰਾਜ ਨੇ ਕਹਿੰਦਾ ਮੇਰਾ ਵੀ ਮਨ ਉਸ ਛਾਤਰੀ ਕਾਂਗ ਜਿਵੇਂ ਉਸਵੰਤੀ ਬੂੰਦ ਲਈ ਤੜਪ ਰਿਹਾ ਹੈ ਮੇਰਾ ਵੀ ਮਨ ਤੁਹਾਡੇ ਦਰਸ਼ਨਾਂ ਲਈ ਤੜਪ ਰਿਹਾ ਹੈ ਬਿਲਪ ਕਰੇ ਬਿਲਾਪ ਕਰ ਰਿਹਾ ਹੈ ਬਿਰਲਾਪ ਕਰ ਰਿਹਾ ਹੈ ਰੋ ਰਿਹਾ ਹੈ ਆਪਣੇ ਪਿਆਰੇ ਨੂੰ ਲੱਭਦਾ ਪਿਆ ਮਿਲਣ ਵਾਸਤੇ ਬੋਲੋ ਵਾਹਿਗੁਰੂ ਕਰਦਾ ਗੰਦੇ ਸਾਰੇ ਗੰਦੇ ਮੇਰਾ ਮਨ ਲੋਚਾ ਗੁਰਦਰਸ ਤ੍ਰਿਖਣਾ ਉਤਰਿਆ शांतनाया वै बिन दर्शन संत प्यारे जीओ गुरुमुख गुरु सच्ची आशकी गुरुमुख ਏ ਆਸ਼ਿਕਾਂ ਦਾ ਪੰਥ ਆ ਬਿਨਾ ਸਿਰ ਤੂੰ ਕਿਸੇ ਨੇ ਲਿਖਿਆ ਹੈ ਕਹਿੰਦਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਦੀ ਸੰਗਤ ਵਿੱਚ ਗਿਆ ਤੇ ਮੈਂ ਕੀ ਦੇਖਿਆ ਉੱਥੇ ਜਿੰਨੇ ਵੀ ਬੈਠੇ ਸੀ ਕਿਸੇ ਦੇ ਧੜ ਤੇ ਸਰੀ ਨਹੀਂ ਸੀ ਬੈਲਨਾ ਮਰਨ ਕਬੂਰ ਜੀਵਨ ਕੀ ਛੜਿਆਸ ਹੋ ਹੋ ਸਪਨਾ ਕੀ ਰਹਿਣ ਦਾ ਤਵਾਹੇ ਪਾਸ ਜੇ ਤਉ ਪ੍ਰੇਮ ਸਿਰ ਧਰ ਨੀ ਕਰੀ ਜਾਓ ਤੁਹਾਨੂੰ ਕਿਤੇ ਕਿਹਾ ਮੈਂ ਤੁਹਾਨੂੰ ਮਹਿਲ ਬਾੜੀਆਂ ਦਿਆਂਗਾ ਤੁਹਾਨੂੰ ਕਾਰਾਂ ਦਿਆਂਗਾ BMW ਦਿਆਂਗਾ ਉਹ ਤੂੰ ਕਹਿੰਦਾ ਪਹਿਲਾਂ ਮਰ ਪਹਿਲਾਂ ਮਰਨ ਤੇ ਮਰਦਾ ਕੀ ਮੰਗਦਾ ਪੀ ਜੇ ਛੋਲੇ ਪੂਰੀਆਂ ਮੁਰਦਾ ਮੰਗਦਾ ਵੇਖਿਆ ਕਦੀ ਕੁਛ ਮੁਰਦਾ ਹੋਏ murid ਨਾ ਗੱਲੀ ਹੋਵਣਾ ਮਾਰ ਕੇ ਕੋਈ ਸਿੱਖੋ ਮੈਂ ਵੀ ਹਾਂ ਕੀ ਕਮ ਹਣਾ ਮੈਂ ਵੀ ਤਮਰਿਆ ਨਹੀਂ ਅਜੇ ਨਾ ਤੋ ਕਹਿੰਦਾ ਚੁੱਪ ਕਰ ਨਾ ਬੋਲ ਪਹਿਲਾਂ ਮਾਰ ਜਾ ਫੇਰ ਬੋਲ ਗੱਲ ਨਾਲ ਨਹੀਂ ਹੋਣਾ ਕੁਛ ਵੀ ਅਮਲ ਕਰ ਤਰਤੀ ਬੀ ਸ਼ਬਦੋ ਕਰ ਸੱਚ ਕੀ ਆਪ ਨੇ ਆਪ ਨੇ ਤੇ ਦੇ ਪਾਣੀ ਹੋਏ ਕਿਸਾਨ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏ ਵਜਾਣੀ ਬਈ ਮਾਨ ਨਾ ਬਣ ਇਮਾਨਦਾਰ ਬਣ ਈਮਾਨ ਦੀ ਜ਼ਿੰਦਗੀ ਜੀ ਇਮਾਨਦਾਰੀ ਦੀ ਜ਼ਿੰਦਗੀ ਜੀ ਕਿਨਾ ਔਖਾ ਹੈ ਹੋਏ ਕਿਸਾਨ ਇਹੋ ਜਾ ਕਿਸਾਨ ਬਣ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏ ਵਜਾਣੀ ਮਤ ਜਾਣ ਸਾ ਗੱਲੀ ਪਾਇਆ ਮਤਾ ਕਿਤੇ ਸਮਝ ਲੈ ਮੈਂ ਗੱਲਾਂ ਨਾਲ ਹੀ ਰੱਬ ਨੂੰ ਪਾਲਿਆ ਮੇਰੀ ਗੱਲ ਕਰਦੇ ਪੈ ਤੁਹਾਡੀ ਨਹੀਂ ਮਤਾ ਕਿਤੇ ਜਾਣ ਲਵੇ ਮੈਂ ਗੱਲਾਂ ਨਾਲ ਹੀ ਬਣ ਗਿਆ ਗੁਰਸਿੱਖ ਮਰਨਾ ਪੈਣਾ ਹੈ ਬੂਵੇ ਬਿਨ ਜੀਵਨ ਨਹੀਂ ਨਵਾਂ ਜੀਵਨ ਲੈਣਾ ਤੇ ਪੁਰਾਣਾ ਜੀਵਨ ਛੱਡਣਾ ਪੈਣਾ ਹੈ ਨਵਾਂ ਮਕਾਨ ਬਣਾਉਣਾ ਤੇ ਪੁਰਾਣਾ ਮਕਾਨ ਢਾਉਣਾ ਪੈਣਾ। ਤੁਸੀਂ ਨਵਾਂ ਮਕਾਨ ਬਣਾਉਣਾ ਤੇ ਪੁਰਾਣੇ ਤੇ ਨਵਾਂ ਬਣਾ ਦੋਗੇ। ਉਹਨੂੰ ਪਹਿਲਾਂ ਮਿਟਾਓਗੇ ਨਾ, ਥੱਲੋਂ ਹਟਾਓਗੇ ਨਾ। ਫੇਰ ਹੀ ਉਹਤੇ ਨਵਾਂ ਖੜਾ ਕਰੋਗੇ। ਇਸੇ ਤਰ੍ਹਾਂ ਸਾਡਾ ਜੀਵਨ ਹੈ। ਇਸੇ ਤਰ੍ਹਾਂ ਸਾ ਗੁਰਸਿੱਖੀ ਜੀਵਨ ਹੈ। ਜੇ ਤੁਸੀਂ ਗੁਰਸਿੱਖੀ ਲੈਣੀ ਹੈ ਤੇ ਤੁਹਾਨੂੰ ਪਹਿਲਾਂ ਜੀਵਨ ਛੱਡਣਾ ਪੈਣਾ ਹੈ, ਪਹਿਲੇ ਦੋਸਤ ਛੱਡਣੇ ਪੈਣੇ ਆ। ਤਦ ਤੁਹਾਨੂੰ ਜਾ ਕੇ ਫਿਰ ਨਵਾਂ ਜੀਵਨ ਮਿਲਣਾ ਤੇ ਜਦੋਂ ਮਿਲਿਆ ਫਿਰ ਤੁਹਾਨੂੰ ਪਤਾ ਲੱਗਣਾ ਹਾਏ ਦਾ ਤੇ ਉਹਦਾ ਫਰਕ ਕੀ ਸੀ ਹੈਨਾ ਵਾਹਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਨਿਕਲੇ ਨੇ ਨਾ ਮੈ ਨਦੀ ਚੂ ਪ੍ਰਵੇਸ਼ ਕੀਤਾ ਤੁਹਾਨੂੰ ਸਾਰਿਆਂ ਨਾਲ ਸਾਥੀ ਆਉਂਦੀ ਆ ਲੰਬੀਆਂ ਲੰਬੀਆਂ ਸਾਥੀਆਂ ਸੁਣਾਉਣ ਦਾ ਮੇਰਾ ਸੁਭਾਅ ਨਹੀਂ ਹੈ ਬਲਵਾਹਿਗੁਰੂ ਵਾਹਿਗੁਰੂ ਸੁਲਤਾਨਪੁਰ ਸਾਹਿਬ ਬਈ ਨਦੀ ਚਲੇ ਗਏ ਤਿੰਨ ਦਿਨ ਬਾਅਦ ਬਾਹਰ ਨਿਕਲੇ ਨੇ ਤੇ ਨਿਕਲੇ ਕਿੱਥੇ ਨੇ ਤਾਨੂ ਨੇ ਗਏ ਤਾਨੂ ਗਏ ਉੱਪਰ ਨੂੰ ਜਿੱਧਰੂ ਪਾਣੀ ਆ ਰਿਹਾ ਸੀ ਨਾ ਹੰਕਾਰ ਕੇ ਤੇ ਮਰ ਜੇ ਬੰਦਾ ਜਾਂ ਡੁੱਬ ਜਾਏ ਤੇ ਥੱਲੇ ਨੂੰ ਜਾਂਦਾ ਗੁਰੂ ਸਾਹਿਬ ਇੱਕ ਡੇਢ ਕਿਲੋਮੀਟਰ ਤਾਨੂ ਆਏ ਉੱਥੇ ਸ਼ਮਸ਼ਾਨ ਘਾਟ ਆ ਜਿੱਥੇ ਸੰਤ ਘਾਟ ਗੁਰਦੁਆਰਾ ਉਹ ਤੇ ਸ਼ਮਸ਼ਾਨ ਘਾਟ ਵਿੱਚ ਨਿਕਲੇ ਤੇ ਸਿਰ ਤੇ ਕਫੜੀ ਬੰਨੀ ਹੈ ਮਰਦਿਆਂ ਵਾਲੇ ਕੱਪੜੇ ਪਾਏ ਕੀ ਕੀ ਉਹਨੇ ਕੀ ਸੰਕੇਤ ਦੇਣਾ ਚਾਹੁੰਦੇ ਸੀ ਜਿੰਨੇ ਮੇਰੇ ਮਾਰਗ ਤੇ ਚੱਲਣਾ ਨਾ ਪਹਿਲਾਂ ਮਰਦਾ ਬਣ ਜਾਵੇ ਪਹਿਲਾਂ ਮਰ ਲੀ ਤਿਆਰ ਹੋਵੇ ਮਰਦੇ ਵਾਲੇ ਕੱਪੜੇ ਪਾ ਲਵੇ ਸਿੱਖ ਬਣਨਾ ਪੂਰੇ ਸੰਸਾਰ ਨਾਲ ਟੱਕਰ ਲੈਣਾ ਏ ਸਮਝ ਲੱਗੀ ਵੇ ਪਹਿਲਾਂ ਤੇ ਘਰਦਿਆਂ ਨਾਲ ਹੀ ਟੱਕਰ ਹੋ ਜਾਂਦੀ ਓਹੀ ਤੁਹਾਨੂੰ ਕਹਿੰਦੇ ਨੇ ਆ ਕੀ ਬਣ ਲਿਆ ਆ ਕੀ ਪਾ ਲਿਆ ਬਲਵਾਇ ਫਿਰ ਬਲਦੂ ਤੇ ਤੁਮ ਮੈਂ ਅਮਰ ਚੱਕਾ ਤੇ ਮੇਰੇ ਵੀ ਬੜੇ ਦੋਸਤ ਸੀ ਥੋੜੇ ਥੋੜੇ ਸੀ ਇੱਕ ਮੈਨੂੰ ਕਹਿੰਦਾ ਤੂੰ ਵੀ ਪਾਲਿਆ ਉਹਨੇ ਆਪਣਾ ਕੱਖ ਨਹੀਂ ਰਹਿਣ ਦਿੱਤਾ ਤੇਰਾ ਕੀ ਰਹਿਣ ਦੇਣ ਲੱਗਾ ਬੱਚੇ ਵੀ ਉਹਨੇ ਚੀਤ ਕਰਵਾਤੇ ਕਿ ਉਹ ਵੀ ਮਾਂ ਵੀ ਨਾਨਦ ਪਰ ਵੀ ਫੋਜਾਂ ਵੀ ਚੰਗਾ ਨਾ ਉਦੋਂ ਨਹੀਂ ਤੋਦ ਚੱਜਾਵਾਂਗੇ ਜਿੰਨੇ ਚ ਜਦੋਂ ਤੱਕ ਸਾਡਾ ਕੁਛ ਹੈਗਾ ਉਦੋਂ ਤੱਕ ਤੇ ਬੱਜੇ ਆ ਨਹੀਂ ਸਮਝ ਲੱਗਿਆ ਜਦੋਂ ਕੁਛ ਨਹੀਂ ਰਿਹਾ ਇਕੱਲਾ ਗੁਰੂ ਹੀ ਰਹਿ ਗਿਆ ਤੂੰ ਨਹੀਂ ਤੇ ਫਿਰ ਗੁਰੂ ਛਮਾਵਾਂਗੇ ਜੇ ਗੱਜੇ ਕੁਛ ਹੈਗਾ ਹੋਇਆ ਅਜੇ ਚੇਤਾ ਹੈਗਾ ਮਾਂ ਦਾ ਅਜੇ ਚੇਤਾ ਹੈਗਾ ਪਿਓ ਦਾ ਅਜੇ ਚੇਤਾ ਹੈਗਾ ਕੋਠੀ ਦਾ ਅਜੇ ਚੇਤਾ ਹੈਗਾ ਕਾਰੋਬਾਰ ਦਾ ਜਾਂ ਜੋ ਜੋ ਵੀ ਤੁਸੀਂ ਕਰਦੇ ਹੈਗਾ ਤੁਹਾਨੂੰ ਚੇਤਾ ਅਜੇ ਤੇ ਚੇਤਾ ਹੈਗਾ ਨਾ ਅਜੇ ਇਹ ਚੇਤੇ ਸਾਰੇ ਭੁੱਲੇ ਹੀ ਨਹੀਂ ਤੇ ਉਹ ਚਿੱਤ ਵਿੱਚ ਕਿੱਥੋਂ ਆਏਗਾ ਇਹ ਸਾਰੇ ਭੁੱਲਣਗੇ ਨਾ ਐਸਾ ਸਤਗੁਰ ਸੇਵਿਏ ਮਨਾ ਜਿਤ ਸੇਵਿਏ ਗੋਬਿੰਦ ਪ੍ਰੀਤ ਉਪਜੈ ਔਰ ਵਿਸਰ ਸਭ ਜਾਏ ਮਾਂ ਵਿਸਰ ਜਾ ਪਿਓ ਵਿਸਰ ਜਾ ਤਨ ਵਿਸਰ ਜਾ ਕੁਲ ਵਿਸਰ ਜਾ ਸੰਸਾਰ ਵਿਸਰ ਜਾ ਇੱਕ ਨੰਕਾਰ ਯਾਦ ਰਹਿ ਜਾ ਅਰ ਰ ਰ ਰ ਰ ਰ ਰ ਰ ਰ ਫਿਰ ਸਮਝ ਲੈਣਾਉਣ ਆਸਕੀ ਸ਼ੁਰੂ ਹੋ ਗਈ ਏ ਉਹ ਆਸਕੀ ਸ਼ੁਰੂ ਹੋ ਗਈ ਏ ਤੇ ਜਿਹੜੇ ਆਸ਼ਕ ਨੇ ਉਹਨਾਂ ਨੂੰ ਕੀ ਦਿਸਦਾ ਆਪਣੀ ਮੰਜ਼ਲ ਜੱਜ ਤੇ ਨਾਲੋਂ ਪ੍ਰੇਮ ਕਰਨੇ ਨੇ ਅੱਠੇ ਪੈਰ ਉਹਨਾਂ ਨੂੰ ਉਹੀ ਦਿਸਦਾ ਹੈ ਨਹੀਂ ਤੇ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਏ ਰਾਤੀ ਅਤੇ ਦਿਉ ਨਾਨਕ ਪ੍ਰੇਮ ਸਮਾਈਏ ਅੱਠੇ ਪੈਰ ਪ੍ਰੇਮ ਵਿੱਚ ਹੀ ਸਮਾਇਰ ਰਹੀ ਹੈ ਅੱਠੇ ਪੈਰੋ ਦੀ ਯਾਦ ਵਿੱਚ ਅੱਠੇ ਪੈਰ ਇੱਕ ਤਹਿ ਲਿਵੈ ਮੰਨਨ ਹੁਕਮ ਅਪਾਰ ਜਿਹੜੇ ਸੱਚੇ ਆਸ਼ਕ ਨੇ ਗੁਰੂ ਦੀ ਸੱਚੀ ਆਸ਼ਕੀ ਕਰਦੇ ਨੇ ਇੱਕ ਨਹੀਂ ਹੀ ਆਸ਼ਕੀ ਦੂਜੇ ਲੱਗਿਆ ਜਾਏ ਨਾਨਕ ਆਸ਼ਕਾਂੜੀਏ ਸਾਦੀ ਰਹੇ ਸਮਾਏ ਸਾਦੀ ਰਹੇ ਸਮਾਏ ਉਹਦੇ ਵਿੱਚ ਸਮਾਇਆ ਰਹੇ ਦਿਨ ਰਾਤ ਗੁਰੂ ਰ ਰ ਰ ਰ ਰ ਇਦੂ ਆਜ ਕਟ ਆਂਦੀ ਏ ਜੋ ਪ੍ਰਾਣੀ ਨਿਸਦਨ ਪਜੈ ਬੋਲੋ ਜੋ ਪ੍ਰਾਣੀ ਨਿਸਦਨ ਪਜੈ ਹੋਰ ਰਾਮ ਤੇ ਜਾਨ ਰਾਮ ਤੇ ਜਾਨ ਅਰ ਅੰਤਰ ਨਹੀਂ ਅਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਨਾਨਕ ਸੱਚੀ ਮਾਨ ਗੁਰੂ ਨਾਨਕ ਗੁਰੂ ਨਾਨਕ ਨਾਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬੈਠ ਕੇ ਤੁਹਾਨੂੰ ਤੇ ਮੈਨੂੰ ਸਿੱਖਿਆ ਦੇ ਰਹੇ ਨੇ ਮੇਰੀ ਇਸ ਗੱਲ ਨੂੰ ਸੱਚਾ ਕਰਕੇ ਮੰਨ ਲਓ ਜਿਹੜਾ ਵੀ ਜੀਵਾਤਮਾ ਵਾਹਿਗੁਰੂ ਦਾ ਨਾਮ ਦਿਨ ਰਾਤ ਜਪਦੀ ਏ ਉਹਦੇ ਵਿੱਚ ਤੇ ਰੱਬ ਵਿੱਚ ਕੋਈ ਪਿੰਨ ਪੇਜ ਕੋਈ ਫਰਕ ਨਹੀਂ ਉਹ ਰਬ ਦਾ ਹੀ ਰੂਪ ਹੋ ਜਾਂਦੀ ਸੁਣੋ ਵਾਹਿਗੁਰੂ ਸੋਣਾ ਹੈ ਸੋਣਾ ਹੈ ਕਿ ਸਵਾਦ ਸੂਦ ਲੈ ਕੇ ਚੱਲ ਜਾਣਾ ਕੈਂਪ ਤੋਂ ਬਈ ਵਾਹਿਗੁਰੂ ਵਾਹਿਗੁਰੂ ਅੱਜ ਤੋਂ ਹੁਣੇ ਮੈਂ ਤੁਹਾਨੂੰ ਦੱਸਾਂ ਮੈਨੂੰ ਕਿਸੇ ਨੇ ਉਹਨੇ ਅਸੀ ਕੀਰਤਨ ਕਰਕੇ ਆਇਆ ਇੱਧਰ ਗੈਸੀ ਬੜੋਦੇ ਤੇ ਉਹ ਤਾਂ ਉਹਨਾਂ ਦਾ ਆਇਆ ਵੀ ਤੁਸੀਂ ਸਾਨੂੰ ਦੁਬਾਰਾ ਉਹ ਕਥਾ ਕੀਰਤਨ ਸੁਣਾਓ ਮੈਂ ਕਹਾਂ ਸੀ ਆਉਨੇ ਆ ਦੁਬਾਰਾ ਪਰ ਅਸੀਂ ਆਪਣਾ ਸੌਦਾ ਵੀ ਵੇਚਦੇ ਆਂ ਕਹਿੰਦੇ ਤੁਸੀਂ ਕਿਹੜਾ ਸੌਦਾ ਵੇਚਦੇ ਹੋ ਮੈਂ ਕਹਾਂ ਫਿਰ ਅਮਰਤੀਸ਼ ਕਾਉਨੇ ਆ ਹਨਾ ਇਹ ਹੀ ਸੌਦਾ ਹੈ ਨਾ ਆਖਰੀ ਸੌਦਾ ਤੇ ਨਹੀਂ ਅਮਰਤ ਅਸੀਂ ਫਿਰ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਛਕ ਲਾਂਗੇ ਤੁਸੀਂ ਸਾਨੂੰ ਕੀਰਤਨ ਸੁਣਾ ਦਿਓ ਤੇ ਮੈਂ ਕਹਾਂ ਵੀ ਕਥਾ ਵੀ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਸੁਣ ਲਓ ਸਾਡੇ ਕੋਲ ਸੁਣਨੀ ਤੇ ਸੌਦਾ ਵੀ ਤਾਂ ਸਾਡੇ ਵਾਲਾ ਹੀ ਲੈਣਾ ਪੈਣਾ ਮਤਲਬ ਇਹ ਸਵਾਦ ਸੂਤ ਲੈਣਾ ਆਜੋ ਤੁਸੀਂ ਅਸੀਂ ਸਵਾਦ ਸੂਤ ਲੈਣਾ ਕਹਦੇ ਮੈਂ ਤੁਸੀਂ ਤੁਹਾਡੇ ਘੋੜਿਆਂ ਨਾਲ ਉਥੇ ਲਾ ਦਾਂਗੇ ਬੜੀ ਸੋਹਣੀ ਕਥਾ ਕੀਤੀ ਆ ਤੁਹਾਡੀ ਹੋਮੇ ਨੂੰ ਪੱਠੇ ਪਾ ਦਾਂਗੇ ਬੋਲੋ ਭਾਈ ਜੀ ਮੇਰੇ ਕੋਈ ਕਈ ਆਉਂਦੇ ਨੇ ਭਾਈ ਸਾਹਿਬ ਤੁਸੀਂ ਬੜੀ ਸੋਹਣੀ ਕਥਾ ਕੀਤੀ ਮੈਂ ਕਿਹਾ ਅੱਛਾ ਔਰ ਫਿਰ ਅਮਰ ਚਾਹਨਾਗਾ ਨਹੀਂ ਉਹ ਤੇ ਫਿਰ ਮੈਂਗਾ ਫਿਰ ਮੈਂ ਸੁਆ ਕੀਤਾ ਮੈਂ ਵੀ ਕੱਖ ਨਹੀਂ ਕੀਤਾ ਤੂੰ ਵੀ ਕੱਖ ਨਹੀਂ ਸੁਣਿਆ ਨਹੀਂ ਸਮਝਿਆ ਅਸਾ ਰਿਪੋਰਟ ਦੁਆਰਾ ਅਚ ਕੁ ਦਿਮਾਨ ਲੱਗਦਾ ਲੋਕੀ ਜਾਂਦੇ ਤਾਂ ਮੈਂ ਜਦੋਂ ਜਾਂਦੇ ਮੈਂ ਕਈਆਂ ਨੂੰ ਪੁੱਛਦਾ ਫਿਰ ਕੀ ਸੁਣਿਆ ਉੱਥੇ ਉੱਥੇ ਲੰਗਰ ਬੜਾ ਵਧੀਆ ਸੀ ਕਿਹਾ ਚਾ ਹਮਾ ਕੇ ਮੈਂ ਤੈਨੂੰ ਪੁੱਛਦਾ ਬਈ ਉੱਥੇ ਸੁਣਿਆ ਕੀ ਏ ਠੀਕ ਹੈ ਦੇਖੋ ਤੇ ਚੇਤਾ ਨਹੀਂ ਤੁਸੀਂ ਵੀ ਕਹਿੰਦੇ ਬੜਾ ਸੋਹਣਾ ਕੀਰਤਨ ਕੀਤਾ ਫਲਾਣੇ ਨੇ ਮਨੂ ਵਾਹ ਬਰੂ ਕਹਿੰਦੇ ਉਹ ਨਾ ਲੈ ਲੈ ਉਹਨੇ ਲੱਗਣਾ ਤੇ ਮੈਂ ਨਾ ਨਹੀਂ ਲੈ ਰਿਹਾ ਉਹਨੇ ਲੱਗਣਾ ਤੇ ਉਦੋਂ ਆਪਾਂ ਜਾਣਾ ਬਹਿਣਾ ਉਥੇ ਅਰੇ ਤੁਸੀਂ ਗੁਰੂ ਨੂੰ ਸੁਣਨ ਤੇ ਗਏ ਹੀ ਨਹੀਂ ਤੁਸੀਂ ਤਾਂ ਸਰਜੀਤ ਸਿੰਘ ਨੂੰ ਸੁਣਨ ਗਏ ਹੋ ਤੇ ਮੈਨੂੰ ਸੁਣ ਕੇ ਕੀ ਹੋਏਗਾ ਜਿਦ ਦਿਨ ਗੁਰੂ ਨੂੰ ਸੁਣਨ ਜਾਓਗੇ ਨਾ ਸਲਾਣ ਵਾਲਾ ਭਾਵੇਂ ਆ ਕਿਉਂ ਨਾ ਹੋਵੇ ਭਾਵੇਂ ਆ ਕਿਉਂ ਨਾ ਆ ਭਾਵੇਂ ਛੋਟਾ ਕਿਉਂ ਨਾ ਹੋਵੇ ਭਾਵੇਂ ਵੱਡਾ ਕਿਉਂ ਨਾ ਹੋਵੇ ਭਾਵੇਂ ਨਾਮ ਵਾਲਾ ਹੋਵੇ ਭਾਵੇਂ ਨਾ ਨਾਮ ਵਾਲਾ ਹੋਵੇ ਤੁਸੀਂ ਤੇ ਗੁਰੂ ਦਾ ਸ਼ਬਦ ਸੁਣਨ ਗਏ ਹੋ ਨਾ ਉਹ ਦਿਨ ਗੱਲ ਬਣੇਗੀ ਨਹੀਂ ਤੇ ਤੁਸੀਂ ਤਾਂ ਲੋਕ ਜਾਣੇ ਇਹ ਇਹਨੂੰ ਗੀਤ ਬਣਾ ਕੇ ਰੱਖ ਦਿੱਤਾ ਇਹ ਤਾਂ ਬ੍ਰह्म ਵਿਚਾਰ ਹੈ ਬੰਦਿਆਂ ਨੂੰ ਸੁੰਨਾ ਸ਼ੁਰੂ ਕਰ ਦਿੱਤਾ ਮਨੂ ਕਹਿ ਕੰ ਤੁਹਾਡੀ ਕਥਾ ਸੁਣੀ ਮੈਂ ਕਿਹਾ ਮੈਂ ਤਾਂ ਮਰ ਜਾਣਾ ਤੇ ਜਿੰਨੇ ਮਰ ਜਾਣਾ ਉਹਦੀ ਕੋਈ ਕਥਾ ਹੁੰਦੀ ਏ ਕਥਾ ਤੇ ਉਹਦੀ ਏ ਜਿੰਨੇ ਮਰਨਾ ਨਹੀਂ ਤੇ ਉਹ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੇ ਮਰਨਾ ਨਹੀਂ ਜੇ ਕਥਾ ਸੁਣਨੀ ਤੇ ਫਿਰ ਉਹਦੀ ਸੁਣ ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ ਕੀ ਕਹਿਆ ਤੁਹਾਨੂੰ ਉਹਨਾਂ ਨੇ ਆ ਵੱਡੇ ਪਾਕਾਂ ਵਾਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾ ਜੇ ਤੂੰ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸਮਣ ਜਿਨੂੰ ਸੁਣ ਕਰਕੇ ਤੇਰਾ ਮਨ ਤੇ ਤਨ ਦਵੇਂ ਸੁੱਕੇ ਨੇ ਹਰੇ ਹੋ ਜਾਣਗੇ ਤੇਰੀ ਰਸਨਾ ਵੀ ਰਸ ਨਾਲ ਭਰਪੂਰ ਹੋ ਜੇਗੀ ਸੁਣ ਬਟ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਕਰਮ ਲਿਖੀ ਇਸ ਹਿਰਦੇ ਸਮਾਣੀ ਰਾਮ ਜਿਹਦੇ ਇੱਥੇ ਲਿਖਿਆ ਸੀ ਮੱਥੇ ਤੇ ਉਹਦੇ ਹਿਰਦੇ ਚ ਹੀ ਸਮਾ ਗਈ ਉਹਦੇ ਅੰਦਰ ਹੀ ਪ੍ਰਗਟ ਹੋ ਗਈ ਇਹ ਗੁਰਬ੍ਰੰਦ ਸਭ ਤੁਹਾਡੇ ਅੰਦਰ ਹੈ ਇਹ ਇੱਥੇ ਪ੍ਰਗਟ ਹੈ ਇੱਥੇ ਪ੍ਰਕਾਸ਼ ਆਇਆ ਤਾਂ ਇੱਥੋਂ ਪੜਦੇ ਹੋ ਨਾ ਪੜਦੇ ਹੋ ਨਾ ਉਹ ਤਾਂ ਆਗੇ ਨਾ ਦੂਜੇ ਆਦੂ ਬੱਕਾ ਪੜਦੇ ਨਾ ਗੁਟਕੇ ਤਾਂ ਪਾਣੀ ਪੜਦੇ ਨਹੀਂ ਆਪਾਂ ਤਾਂ ਮੋਬਾਈਲਾਂ ਮੋਬਾਈਲਾਂ ਤੇ ਪੜਨੇ ਸ਼ੁਰੂ ਕਰਤੀ ਤੇ ਤੁਸੀਂ ਗੁਟਕੇ ਤੋਂ ਪੜਦੇ ਹੋ ਨਾ ਤਾਂ ਸੇਧ ਅੱਖਾਂ ਨੂੰ ਪੜਦੇ ਹੋ ਇਹ ਇੱਥੇ ਇੱਥੇ ਹੀ ਪ੍ਰਗਟ ਹੋ ਜਾਂਦਾ ਸਮਾਂ ਆਂਦਾ ਫੇ ਤੁਹਾਨੂੰ ਇਹਨੂੰ ਖੋਲਣ ਦੀ ਲੋੜ ਨਹੀਂ ਇੱਥੇ ਵਾਲਾ ਹੀ ਪ੍ਰਗਟ ਹੋ ਜਾਂਦਾ ਇੱਥੇ ਵੀ ਇਹ ਪ੍ਰਗਟ ਹੋ ਜਾਂਦਾ ਇੱਥੋਂ ਪੜਨਾ ਪੈਣਾ ਇੱਥੇ ਪ੍ਰਗਟ ਆ ਗਿਰੋ मंदर सच्चा ने लाया प्रीतम अपने तन मन हो निहाल मांगुर देखा ਗੁਰ ਦੇਖਾਂ ਸਵਾਗਤ ਹੈ ਇੱਥੇ ਅੰਦਰ ਹੀ ਖੇਡ ਸ਼ੁਰੂ ਇੱਥੇ ਹੀ ਹੋਣੀ ਹੈ ਪ੍ਰਗਟ ਇੱਥੇ ਹੋਣੀ ਹੈ ਮਾਤ ਮੈਂ ਕਿਹਾ ਅੱਗੇ ਹੁਣ ਲੱਗਿਆ ਪਤਾ ਉਹ ਇੱਥੇ ਸਰੂਪ ਨਹੀਂ ਨਾ ਪਾਉਂਦੇ ਕੋ ਦੁਆਰਾ ਚ ਲੋਚਤ ਕਰਦੇ ਉਸ ਰੋਪਾ ਪਾ ਦਿੰਦੇ ਨੇ ਉਹਦਾ ਮਤਲਬ ਹੁੰਦਾ ਵੀ ਬਸ ਕਰੋ ਜੀ ਹੁਣ ਤੇ ਇੱਥੇ ਆ ਪਾ ਕੇ ਕੇ ਬੈਹਿੰਦੇ ਨੇ ਤਾਂ ਮਤਲਬ ਬਸ ਕਰ ਹੁਣ ਤੇ ਕਈ ਵਰੀ ਗੁੱਸਾ ਵੀ ਮੰਨਦੇ ਨੇ ਮੇਰੀਆਂ ਗੱਲਾਂ ਤੇ ਭਾਈ ਸਾਹਿਬ ਸਿੱਧੀ ਗੱਲ ਕਰ ਦਿੰਦੇ ਮੈਂ ਕਿ ਫਿਰ ਪੁੱਠੀ ਕਰਨੀ ਚਾਹੀਦੀ ਗੱਲ ਤਾਂ ਸਿੱਧੀ ਕਰਨੀ ਚਾਹੀਦੀ ਹੈ ਨਾ ਕਿ ਪੁੱਠੀਆਂ ਕਰਨੀਆਂ ਚਾਹੀਦੀਆਂ ਨੇ ਸਿੱਧੀਆਂ ਸਿੱਧੀਆਂ ਕਰਨੀਆਂ ਸਿੱਖੋ ਦੀ ਸਵਤਾ ਬਹੁਤ ਬਿਹਾਲਾ ਸਦਲ ਚਰਨ ਕੀ ਇਹ ਮੰਨਦਾ ਦੇਖਣ ਨੂੰ ਬੜਾ ਖੁਖਾਰ ਲੱਗਦਾ ਪਰ ਅੰਦਰ ਬੜਾ ਨਰਮ ਹੈ ਵਰਚਕ ਦੇਖਣ ਨੂੰ ਲੱਗਦੇ ਨੇ ਵੀ ਇਹ ਪਤਾ ਨਹੀਂ ਕੀ ਕੋਈ ਲੋਕ ਕੋਲ ਜਾਣ ਤੋਂ ਡਰਦੇ ਨੇ ਬਰਨਾਂ ਨੂੰ ਚਾਹੀਦਾ ਉਹਨਾਂ ਨੂੰ ਪਰ ਬੜੇ ਨਰਮ ਹੁੰਦੇ ਨੇ ਅੰਦਰ ਚਾਟੀ ਬਖਸ਼ ਦਿੰਦੇ ਨੇ ਤਕੜੇ ਹੋਵਾਂ ਹਨ ਮੈਨਾਂ ਨੇ ਕਹਾਂ ਸਮਝਾਇਆ ਕਿ ਤੁਸੀਂ ਇਹਨੇ ਨੌਜਵਾਨ ਬੱਚੇ ਨਾਲ ਆਏ ਸਾਰੇ ਤੁਸੀਂ ਲੈਕਚਰ ਕਰੋ ਇਹਨਾਂ ਬੋਰ ਹੋ ਜਾਣਗੇ ਕਿ ਰੋਲ ਪੁੱਡਾ ਜਿਹਾ ਲਾ ਦਿੰਦੇ ਨੇ ਸਾਡਾ ਸਰਖੰਦ ਅੰਦਰ ਐਂ ਨਾ ਤੇ ਨੇ ਬਾਬਾ ਖੱਦਾ ਸਰਟਾ ਅੰਦਰ ਨਹੀਂ ਗਾਦਾ ਕੁਛ ਵੜ ਕੇ ਅੰਦਰ ਕ ਨਹੀਂ ਇੱਥੇ ਵੜਿਆ ਕੁਛ ਕ ਨਹੀਂ ਹਾਂਜੀ ਹਾਂਜੀ ਤਾਂ ਮੈਂ ਉਦਾਂ ਹੀ ਰਹਿ ਗਿਆ ਬਦਲ ਹੋ ਆਦਿ ਜ਼ਿੰਦਗੀ ਬਦਲ ਜਾਏ ਬਦਲਾਣਾ ਸਿੱਖੀ ਨਾਮ ਹੈ ਬਦਲਾਓ ਦਾ ਸਿੱਖੀ ਨਾਮ ਹੈ ਬਦਲਾ ਆਇਆ ਹੈ ਸਾਡੇ ਵਿੱਚ ਜੇ ਅਮਰ ਚਕਨ ਤੂੰ ਪਹਿਲਾਂ ਵੀ ਉਹੋ ਜਿਹੀ ਸੀ ਅਮਰ ਛੱਕੇ ਵੀ ਉਹੋ ਜਿਹੀ ਰਹਿ ਗਏ ਅਮਰਤ ਵਿਲਾ ਕਰਕੇ ਵੀ ਉਹੋ ਜਿਹੀ ਸੀ ਅਮਰਤ ਵਿਲਾ ਕਰਨ ਤੋਂ ਬਾਅਦ ਵੀ ਉਹੋ ਜਿਹੀ ਰਹਿ ਗਏ ਸਹਿਜ ਪਾਠ ਕੀਤਾ ਪਹਿਲਾਂ ਵੀ ਉਹੋ ਜਿਹੀ ਸੀ ਸਹਿਜ ਪਾਠ ਕਰਨ ਤੋਂ ਬਾਅਦ ਵੀ ਉਹੋ ਜਿਹੀ ਰਹਿ ਗਏ ਤੇ ਫਿਰ ਕੀਤਾ ਹੀ ਕੱਖ ਨਹੀਂ ਬਦਲਾਵਣਾ ਚਾਹੀਦਾ ਹੈ ਨਾ ਗੁਰੂ ਦੇ ਗੋਹਣਾਂ ਨੇ ਚਾਹੀਦੇ ਸਾਡੇ ਚ ਔਗਣ ਹੌਲੀ ਹੌਲੀ ਔਗਣ ਉੰਨੇ ਰੋਜ਼ ਆ ਤੇ ਕਹਣਾ ਹਮ ਇਹ ਵਗਣ ਭਰੇ ਇੱਕ ਗੁਣ ਨਾਨਕ ਚਪੇਣਾ ਚਿੱਤ ਮਾਰਦਾ ਬਾਪੂ ਮੇਰੇ ਮਾਰੇ ਚੋਨੇ ਆ ਤਨ ਗੁਰੂ ਨਾਨਕ ਕਹਿੰਦਾ ਨਾਨਕ ਨਾਨਕ ਨਾ ਕਹ ਰੋਜ਼ ਪੇਣਾ ਮਾਰਿਆ ਮੇ ਮੈਂ ਕਿਹਾ ਕੀ ਕਹਾਂ ਕਹਿੰਦਾ ਕੁਛ ਕਹ ਲੈ ਨਨ ਕਹ ਲੈ ਮੈਂ ਕਿਹੜਾ ਛੋਟਾ ਚੱਲਣਾ ਮੈਂ ਪੁੱਛਿਆ ਮੇਰੇ ਗੁਰੂ ਕਿਉਂ ਨਾ ਕਹਾਂ ਤਾਂ ਤਾਂ ਕੀ ਕਹਾਂ ਕੋਈ ਮੇਰੀ ਗੱਲ ਮੰਨੀ ਜੇ ਮੇਰੀ ਕੋਈ ਗੱਲ ਮੰਨੀ ਹੈ ਤੇ ਮੈਨੂੰ ਗੁਰੂ ਕਹਿ ਲੈ ਤੇ ਜੇ ਮੇਰੀ ਮੇਰੀ ਕੋਈ ਗੱਲ ਹੀ ਨਹੀਂ ਮੰਨੀ ਤੇ ਫਿਰ ਮੈਂ ਤੇਰਾ ਗੁਰੂ ਕਿਵੇਂ ਹ ਸਮਝ ਲੱਗੀ ਕੋਈ ਕੋਈ ਇਹਦੀ ਗੱਲ ਮੰਨਦੇ ਹ ਸੀ ਸਿੱਖ ਅੱਜ ਦੇ ਸਿੱਖੇ ਦੀ ਗੱਲ ਮੰਨਦੇ ਆ ਕੋਈ ਤੇ ਜਾਦੇ ਦੀ ਗੱਲ ਹੀ ਨਹੀਂ ਮੰਨਦੇ ਤੇ ਫਿਰ ਸਾਡਾ ਗੁਰੂ ਕਿਵੇਂ ਵੇ ਗੁਰੂ ਤਾਂ ਤਾਂ ਹੀ ਹੈ ਨਾ ਜੇ ਗੁਰੂ ਦੀ ਗੱਲ ਮੰਨੀ ਹੈ ਤੇ ਮੰਨੇ ਕੀ ਗਤ ਪਹਿਲਾਂ ਸੁਣਿਆ ਸੀ ਸੁਣਿਆ ਦੁੱਖ ਪਾਪ ਕਾ ਜੇ ਸਾਡੇ ਅੰਦਰ ਜੇ ਦੁੱਖ ਵੀ ਆ ਗਏ ਨੇ ਪਾਪ ਵੀ ਆ ਗਏ ਨੇ ਤੇ ਫਿਰ ਜੇ ਸੁਣਿਆ ਕਿੱਥੇ ਜਦੋਂ ਸੁਣ ਲਿਆ ਨਾ ਵਾਹਿਗੁਰੂ ਜਦੋਂ ਸੁਣਿਆ ਗਿਆ ਉਸੇ ਪਹਿਲੇ ਸਾਰੇ ਦੁੱਖ ਤੇ ਪਾਪ ਖਤਮ ਹੋ ਜਾਣੇ ਉਸੇ ਵੇਲੇ ਉਸੇ ਵੇਲੇ ਅੱਗ ਦਾ ਸੁਭਾਅ ਹੈ ਸਾੜਨਾ ਨਾਮ ਦਾ ਸੁਭਾਅ ਹੈ ਪਵਿੱਤਰ ਕਰਨਾ ਜੋਈ ਵਾਹਿਗੁਰੂ ਕਿਹਾ ਉਹੀ ਪਵਿੱਤਰ ਹੋ ਜਾਣਾ ਜਿਉਂ ਹੀ ਸ਼ਬਦ ਤੇ ਸੁਰਤ ਨੇ ਸੁਣਿਆ ਸੁਰਤ ਨੇ ਸ਼ਬਦ ਨੂੰ ਸੁਣਿਆ ਗੁਰੂ ਨਾਲ ਮਿਲਾਪ ਹੋਇਆ ਉਸੇ ਵੇਲੇ ਪਵਿੱਤਰ ਹੋ ਜਾਣਾ 100 ਸਾਲ ਨਹੀਂ ਲੱਗਣਾ ਇੱਕ ਹੀ ਵਾਰ ਕਹਿਣਾ ਵਾਹਿਗੁਰੂ ਉਸੇ ਵੇਲੇ ਹੀ ਸਾਰੇ ਪਾਪ ਖਤਮ ਹੋ ਜਾਣੇ ਪਰ ਉਹ ਵਾਹਿਗੁਰੂ ਇੱਕ ਵਾਰ ਕਹ ਲੈ ਫਿਰ ਕੋਈ ਗੱਲ ਵਾਰ-ਵਾਰ ਨਾ ਗੁਰੂ ਭਲਾ ਕਰੇ ਹਨ ਦੋ ਤਿੰਨ ਦਿਨ ਸੀ ਸਾਰੇ ਮੋਗੇ ਕੱਲ ਨੂੰ ਆਪਾਂ ਫਿਰ ਮੇਰੇ ਕੋਲ ਲੈ ਪਾ ਜਾਣੇ ਨੇ ਤੂੰ ਐ ਲੱਗਣਾ ਵੀ ਜਿਵੇਂ ਇਕੱਠੇ ਹੋਏ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਸਮਾਂ ਚਲਿਆ ਤੇ ਚੇਰ ਵੀ ਲਾਭ ਲੈਣਾ ਆ ਬਾਣੀ ਨੂੰ ਪੜਨਾ ਆ ਬਾਣੀ ਨੂੰ ਵਿਚਾਰਨਾ ਆ ਤੇ ਗੁਰਬਾਣੀ ਅਨੁਸਾਰ ਚੱਲਣਾ ਹੈ ਮਾਰਗ ਚੱਲੇ ਤਿੰਨੀ ਸੁਖ ਪਾਏ ਜਿਨਸੀ ਗੋਸ਼ਟ ਸੇ ਤਰੇ ਜਿਹੜੇ ਇਹਦੇ ਦੱਸੇ ਮਾਰਗ ਤੇ ਤੁਰ ਪਏ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਤੇ ਜਿਹੜੇ ਜਿਹੜੇ ਵੀ ਉਹਨਾਂ ਨੂੰ ਮਿਲੇ ਉਹਨਾਂ ਦਾ ਵੀ ਉਧਾਰ ਹੋ ਗਿਆ ਜਿੰਨਾਂ ਜਿਨ੍ਹਾਂ ਨੇ ਮਿਲਿਆ ਹੋਇਆ ਨਾਲ ਵਿਚਾਰ-ਵਟਾਂਦਰਾ ਕੀਤਾ ਉਹ ਵੀ ਤਰ ਗਏ ਤਾਂ ਉਹ ਸਟੇਜ ਤੇ ਤੁਸੀਂ ਵੀ ਆਉਣਾ ਹੈ ਗੁਰੂ ਨੂੰ ਪੜਨਾ ਆ ਗੁਰੂ ਨੂੰ ਸਮਝਣਾ ਆ ਤੇ ਗੁਰੂ ਨੂੰ ਅਪਣਾਉਣਾ ਆ ਮੇਰੇ ਕੋਲ ਬੋਲਦੇ ਆ ਕਿ ਸੁਖੇ ਮਤ ਤੂੰ ਸਮਰਥ ਵੱਡਾ ਮੇਰੀ ਮਤ ਥੋੜੀ ਤੱਕ ਹੀ ਹੈ ਹੀ ਨਹੀਂ ਤੁਸੀਂ ਵਲਦੇਵਾਲ ਦੇ ਕਈ ਕੁਝ ਗੋਲ ਜਾਨੇ ਹਨ ਜਿੰਨੇ ਬੋਲਣਾ ਗਲਤੀ ਤੋਂ ਨਹੀਂ ਕਰਨੀ ਹੈ ਨਾ ਤੁਸੀਂ ਸੁਣਦੇ ਹੋ ਤੁਸੀਂ ਕੀ ਗਲਤੀ ਕਰਨੀ ਹੈ ਮੈਂ ਬੋਲਦਾ ਗਲਤੀ ਮੇਰੇ ਕੋਲ ਹੀ ਨਹੀਂ ਕੋਈ ਕੋਲੋ ਗਈ ਹੋਵੇ ਕਿ ਮੈਂ ਕਰਦੇ ਜੀ ਗੁਰੂ ਦੀ ਸੰਗਤ ਤੇ ਤੁਸੀਂ ਸਾਡਾ ਸਿਰਫ ਇੰਨਾ ਹੀ ਹੁੰਦਾ ਪ੍ਰੇਰਣਾ ਹੋਏ ਪਰ ਇੰਨਾ ਕਰਕੇ ਗੁਰੂ ਨਾਲ ਜੋੜਨਾ ਸਾਡਾ ਮਕਸਦ ਆ ਹੋਰ ਕੁਝ ਨਹੀਂ ਨਾ ਆਪਣੇ ਨਾਲ ਨਾ ਕੋਈ ਹੋਰ ਕੋਈ ਲਾਲਚਾ ਕੁਝ ਨਹੀਂ ਹੈ ਕਿਤੇ ਵੀ ਮਹਾਰਾਜ ਕਰੇ ਸੀਸ ਦੇਵੋ ਜੀ ਥੋੜੇ ਸਵਾਸ ਰਹਿ ਗਏ ਨੇ ਮੇਰੀ ਵੀ ਗੁਰੂ ਨਾਲ ਬਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ